ਆਪਣੇ ਉਹ ਚੀਜ਼ ਕਿਸੇ ਨੇ ਕਰਵਾਈ ਸੀ, ਪਤਾ ਚਲੋ ਲੱਗ ਜਾਂਦਾ ਤੇ ਬਾਕੀ ਉਹ ਕਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਇਹਦੇ ਦਿਨ ਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਕਰਤੀ ਯਾਰਾਂ ਨੇ ਗੱਲ ਕਰਦੀ ਕਿ ਜਿਮ ਜੁੰਮ ਲਾ ਕੇ ਮੈਂ ਫਿਰ ਹੀ ਵਲੋਗ ਸ਼ੁਰੂ ਕੀਤਾ। ਸਵੇਰੇ ਮੈਂ ਉੱਠ ਤਾਂ ਗਿਆ ਟਾਈਮ ਸਿਰ, ਫਿਰ ਮਾਤਾ ਨਾਲ ਗੱਲਾਂ ਪਤਾ ਕਰਨ ਡਿਆ ਪਿਆ, ਬਾਪੂ ਵੀ ਉੱਠਿਆ ਫਿਰਦਾ ਤੜਕੇ ਅੱਜ। ਮੈਂ ਬਾਪੂ ਮਾਰ ਰੈਸਟ, ਬਾਪੂ ਦੀ ਫਲਾਈਟ ਹੀ ਸਟੇਅ ਵਾਲਾ ਜ਼ਿਆਦਾ ਕੰਮ ਹੈ ਨਾ, ਅਤੇ ਮੈਂ ਬਾਪੂ ਕਹਿੰਦਾ ਨਹੀਂ, ਕਹਿੰਦਾ ਮਤਲਬ ਕਿ ਸਿਸਟਮ ਜਿਹਾ ਹਿੱਲ ਜਾਂਦਾ ਹੈ ਨਾ, ਦਿਨ ਰਾਤ ਦਾ ਫਰਕ ਹੁੰਦਾ, ਕਹਿੰਦਾ ਕੁੜੀ ਨੀਂਦ ਨਹੀਂ ਆਉਣ ਡੀ। ਮੈਂ ਚੱਲ ਬਾਪੂ ਬਣਾਉਂਦੇ ਹਾਂ ਮਾਹੌਲ, ਮੈਂ ਜਿੰਮ ਜੁੰਮ ਲਾ ਗਿਆ ਵਾਂ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਮੈਂ ਲੇਟ ਹੋ ਗਿਆ, ਫਿਰ ਮੈਂ ਵਲੋਗ ਫਿਰ ਹੀ ਸ਼ੁਰੂ ਕਰਦਾ, ਪਹਿਲਾਂ ਵਰਕਆਊਟ ਕੰਪਲੀਟ ਕਰ ਲਾਂ। ਗੱਲ ਕਹਦੀ ਜਾਣ ਮੇਰੀ ਇਹ ਕਿ ਸਰੀਰ ਪਹਿਲਾਂ, ਜੇ ਸਰੀਰ ਤੰਦਰੁਸਤ ਆ, ਸਰੀਰ ਫਿੱਟ ਆ, ਤਾਂ ਫਿਰ ਹੀ ਵਲੋਗ ਬਣਾਉਂਦੇ ਚੰਗੇ ਲੱਗਾਂਗੇ। ਜੇ ਸਿਹਤ ਖਰਾਬ ਹੋ ਗਈ ਤਾਂ ਨਾਲ ਤਾਂ ਵਲੋਗ ਬਣਨੇ, ਨਾ ਕੋਈ ਹੋਰ ਕੰਮ ਹੋਣਾ, ਇਹ ਕਰਕੇ ਫਿਰ ਮੈਂ ਕਾਰਡੀਓ ਕਰਕੇ ਤਾਂ ਮੈਂ ਫਿਰ ਹੀ ਮੈਂ ਕੈਮਰਾ ਖੋਲਿਆ। ਬਾਕੀ ਜਾਣ ਮੇਰੀ ਇਹ ਮੈਂ ਹੀ ਬੜੇ ਵਲੋਗਾਂ 'ਚ ਗੱਲ ਕਰਦਾ ਨਾ ਕਿ ਪੋਜ਼ੀਟਿਵ ਰਹੋ ਪੋਜ਼ੀਟਿਵ ਰਹੋ, ਪਰ ਫਿਰ ਵੀ ਚੰਦ ਕੇ ਬੰਦੇ ਨਾ ਕਹਿੰਦੇ ਹੁੰਦੇ ਨਾ ਕਿ ਗੱਲ ਕਹਦੀ ਹੈ ਕਿ ਕਈਆਂ ਲਈ ਉਹ ਚੀਜ਼ ਬੜੀ ਵੱਡੀ ਹੁੰਦੀ ਆ ਅਤੇ ਆਪਣੇ ਲਈ ਉਹ ਚੀਜ਼ ਨੋਰਮਲ ਹੁੰਦੀ ਆ। ਆ ਪਿਛਲੇ ਥੋੜ੍ਹੇ ਦਿਨਾਂ 'ਚ ਤੋਂ ਕਈ ਬੰਦੇ ਗੱਡੀ ਦਾ ਕੀ ਹੋਇਆ ਹੈ ਨਾ, ਗੱਡੀ ਬੌਂਡ ਹੋ ਗਈ, ਗੱਡੀ ਦਾ ਚਲਾਉਣ ਹੋ ਗਿਆ, ਜਾਣ ਮੇਰੀ ਫਿਰ ਕਿਹੜੀ ਗੱਲ ਆ, ਚਲਾਉਣ ਗੱਡੀਆਂ ਦੇ ਹੁੰਦੇ ਆ, ਦੱਸੋ ਗੱਡੀਆਂ ਦੇ ਹੋਣੇ, ਜੇ ਗੱਡੀਆਂ ਰੋਡ ਚੱਲੀਆਂ ਗੱਡੀਆਂ ਦੇ ਚਲਾਉਣ ਹੋਣੇ ਆ, ਖੋਤੀਆਂ ਥੋੜ੍ਹੀ ਹੋਣੇ ਆ, ਇਹ ਚਲਾਉਣਾ ਕਿੱਡੀ ਗੱਲ ਹੈ, ਚਲਾਉਣ ਭੁਗਤਿਆ ਜਾਊਗਾ। ਉਸ ਚੀਜ਼ ਨੂੰ ਇੰਨਾ ਹਾਈਲਾਈਟ ਕਰ ਦਿੰਦੇ ਨਾ, ਗੱਲ ਕਹਿੰਦੀ ਕਿ ਸੋਸ਼ਲ ਮੀਡੀਆ ਇੰਨੀ ਗੰਦੀ ਚੀਜ਼ ਬਣ ਗਿਆ ਕਿ ਗੱਲ ਨਿਕਲ ਜਾਂਦੀ ਆ, ਉੱਤੇ ਗਲਤ ਕੈਪਸ਼ਨ ਪਾ ਪਾ ਕੇ ਵਿਊ ਲੈਣ ਦੇ ਚੱਕਰ ਦੇ ਵਿੱਚ ਉਹਨੂੰ ਹਾਈਲਾਈਟ ਕਰ ਦਿੰਦੇ ਆ, ਪਰ ਉਹ ਚੀਜ਼ ਨੋਰਮਲ ਹੁੰਦੀ ਆ, ਹੈ ਨਾ। ਅਤੇ ਉਹ ਚੀਜ਼ ਪਿਛਲੇ 3-4 ਦਿਨਾਂ ਤੋਂ ਬੜੀ ਚੱਲੀ, ਮੈਂ ਵੇਖਣਾ, ਮੈਂ ਕਮਾਲ ਹੀ ਕਰਦੀ ਹੈ ਨਾ, ਕੀ ਬਣ ਰਿਹਾ ਵਾ ਕਿ ਬੰਦੇ ਨੂੰ ਥੱਲੇ ਸੁੱਟਣ ਵਾਸਤੇ ਕਿ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਡੀਫੇਮ ਕੀਤਾ ਜਾਵੇ। ਪਰ ਮੈਂ ਇੱਕ ਚੀਜ਼ ਵੇਖੀ ਕਿ ਜਿਹੜੇ ਪਿਆਰ ਕਰਨ ਵਾਲੇ ਆ, ਉਹ ਜਿਨ੍ਹਾਂ ਨੇ ਇਹੋ ਜਿਹੀ ਚੀਜ਼ਾਂ ਪਾਈਆਂ, ਇੱਥੋਂ ਤੱਕ ਕਿ ਜਿਹੜੀ ਪੁਲਿਸ ਵਾਲਿਆਂ ਪੇਜ 'ਤੇ ਵੀ ਪਾਈ, ਉੱਥੇ ਵੀ ਉਹਨਾਂ ਨੂੰ ਹੀ ਗਲਤ ਕਮੈਂਟ ਕਹਿ ਕੇ ਤੁਸੀਂ ਹੋਰ ਕੋਈ ਕੰਮ ਵੀ ਕਰ ਲਓ, ਹੈ ਨਾ, ਕਿ ਆਪਣੇ ਫਿਰ ਵੀ ਕਿਸੇ ਨੇ ਆਪਾਂ ਨੂੰ ਮਾੜਾ ਨਹੀਂ ਬੋਲਿਆ, ਹੈ ਨਾ। ਜੇ 300-400 ਕਮੈਂਟ ਆਏ, ਉਹਦੇ ਵਿੱਚ 2-4 ਬੰਦੇ ਹੋਣਗੇ, ਅਤੇ ਜ਼ਿਆਦਾ ਉਹਨਾਂ ਦਾ ਹੀ ਗਫਾ ਉਹਨਾਂ ਨੂੰ ਹੀ ਫਿਰਿਆ, ਹੈ ਨਾ। ਅਤੇ ਇਹ ਚੀਜ਼ਾਂ ਛੋਟੀਆਂ ਹੁੰਦੀਆਂ, ਚੀਜ਼ਾਂ ਚੱਲਣੀਆਂ ਵਾ, ਬਾਕੀ ਇਹ ਆ ਕਿ ਰੰਜਿਸ਼ ਤਹਿਤ ਜਦੋਂ ਕੰਮ ਹੁੰਦਾ ਨਾ, ਉਦੋਂ ਦੁੱਖ ਵੀ ਲੱਗਦਾ ਕਿ ਗੱਲ ਕੁਛ ਵੀ ਨਹੀਂ ਹੁੰਦੀ, ਜਾਣ ਕੇ ਹਰਾਸਮੈਂਟ ਕਰਨ ਦੇ ਚੱਕਰ ਦੇ ਵਿੱਚ ਕੁਛ ਆਪਣੇ ਨਾਲ ਲੋਕ ਖਾਰ ਖਾਣ ਦਾ ਕਰਕੇ ਲਾਲਾ ਜਾਂ ਕਿੱਦਾਂ ਵੀ ਲਾਲਾ, ਅਤੇ ਉਹ ਚੀਜ਼ ਲੋਕ ਇਹੋ ਜਿਹੇ ਕੰਮ ਕਰਵਾਉਂਦੇ, ਪਰ ਫਿਰ ਵੀ ਆਪਾਂ ਆਪਣੇ ਉਹ ਮਾਲਕ ਨੇ ਸਭ ਕੁਛ ਛੱਡਿਆ ਹੁੰਦਾ। ਜੇ ਮਾੜੇ ਲੋਕ ਹੈਗੇ ਤਾਂ ਚੰਗੇ ਵੀ ਹੈਗੇ ਆ, ਸਾਰੀ ਪੁਲਿਸ ਨਹੀਂ ਮਾੜੀ, ਹੈ ਨਾ, ਅਤੇ ਸਾਰੀ ਚੰਗੀ ਨਹੀਂ ਆ। ਤਾਂ ਕਰਕੇ ਕਿ ਜੇ ਆਪਣਾ ਥੱਲੇ ਮਸਲਾ ਹੱਲ ਲੈਂਦਾ ਤਾਂ ਉੱਤੇ ਫਿਰ ਜੱਜ ਸਾਹਿਬ ਬੈਠੇ ਆ, ਉੱਥੋਂ ਮਸਲਾ ਹੱਲ ਹੋ ਜਾਂਦਾ। ਇੱਥੇ ਜੇ ਮਾੜੇ ਲੋਕ ਹੀ ਹੈਗੇ ਤਾਂ ਮਾੜੇ ਚੰਗੇ ਵੀ ਹੈਗੇ, ਦੁਨੀਆਂ ਚੱਲਦੀ ਇੱਦਾਂ ਆ। ਜੇ ਸਾਰੇ ਚੰਗੇ ਹੋ ਗਏ ਤਾਂ ਫਿਰ ਮਾੜਾ ਕੌਣ ਰਹਿ ਗਿਆ, ਗੱਲ ਕਹਿੰਦੀ ਕਿ ਜੇ ਸਾਰੇ ਅਮੀਰ ਹੋ ਗਏ ਤਾਂ ਫਿਰ ਗਰੀਬ ਕੌਣ ਰਹਿ ਜੂਗਾ, ਤਾਂ ਫਿਰ ਕੰਮ ਕੌਣ ਕਰੂਗਾ। ਇਹ ਰੱਬ ਨੇ ਸਾਰੀਆਂ ਚੀਜ਼ਾਂ ਬਣਾਈਆਂ ਵਾ, ਇਹ ਕਰਕੇ ਚੀਜ਼ਾਂ ਦੀ ਟੈਨਸ਼ਨ ਲੈਣੀ ਆਪਾਂ ਤਾਂ ਬਿਲਕੁਲ ਨਹੀਂ ਲੈਂਦੇ, ਹੈ ਨਾ। ਜ਼ਿੰਦਗੀ ਆ, ਜ਼ਿੰਦਗੀ 'ਚ ਇਹੋ ਚੀਜ਼ਾਂ ਹੁੰਦੀਆਂ ਰਹਿੰਦੀਆਂ, ਇਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਯਾਰ। ਇੱਥੇ ਰੋਜ਼ ਹਜ਼ਾਰਾਂ ਮੋਟਰਸਾਈਕਲ ਗੱਡੀਆਂ 'ਤੇ ਚਲਾਉਣ ਹੁੰਦੇ, ਬੌਂਡ ਹੁੰਦੀਆਂ, ਅਸੀਂ ਕੋਈ ਵੱਖਰੇ ਥੋੜ੍ਹੀ ਹਾਂ, ਅਸੀਂ ਤਾਂ ਆਪਣੇ ਆਪ ਨਾਲ ਵੱਖਰੇ ਮੰਨਦੇ, ਅਸੀਂ ਤਾਂ ਨੋਰਮਲ ਜਿੱਦਾਂ ਰਹਿੰਦੇ ਉੱਦਾਂ ਦੇ ਵਲੋਗ ਬਣਾ ਕੇ ਤੁਹਾਨੂੰ ਦੱਸ ਦਈਦਾ। ਪਰ ਕੁਛ ਲੋਕ ਹੁੰਦੇ ਨੇ ਜਿਨ੍ਹਾਂ ਵਾਸਤੇ ਇਹ ਚੀਜ਼ ਬੜੀ ਵੱਡੀ ਹੁੰਦੀ, ਪਤਾ ਨਹੀਂ ਕੀ ਹੋ ਗਿਆ, ਕਿ ਜਾਣ ਮੇਰੀਆਂ ਬਹੁਤ ਛੋਟੀਆਂ ਗੱਲਾਂ 'ਤੇ ਅਸੀਂ ਤਾਂ ਇਹ ਗੱਲਾਂ ਕਦੀ ਨੈਗੇਟਿਵ ਹੋਈ ਨਹੀਂ। ਮੈਂ ਤਾਂ ਇਹਨਾਂ ਨੂੰ ਵੀ ਕਿਹਾ ਮੈਂ ਕੋਈ ਗੱਲ ਨਹੀਂ, ਫਿਰ ਕਿਹੜੀ ਗੱਲ ਹੈ, ਹੈ ਨਾ।
ਨੰਦ ਲਿਆ ਕਰੋ ਜ਼ਿੰਦਗੀ ਦੇ। ਇੱਕ ਜਿਹੜੇ ਖਾਰ ਖਾਣ ਵਾਲੇ ਲੋਕ ਹੁੰਦੇ ਆ ਇਹੋ ਜਿਹੀਆਂ ਹਰਕਤਾਂ ਕਰਵਾਉਂਦੇ ਆ, ਅਤੇ ਆਪਣੇ ਉਹ ਚੀਜ਼ ਕਿਸੇ ਨੇ ਕਰਵਾਈ ਸੀ ਪਤਾ ਚਲੋ ਲੱਗ ਜਾਂਦਾ। ਅਤੇ ਬਾਕੀ ਉਹ ਮਾਲਕ ਦੇ ਮੇਰਾ ਰਹਿਮਤਾ ਵਾ, ਜਿੰਨਾ ਚਿਰ ਉਹ ਨਾਲ ਹੈ ਤਾਂ ਤੁਹਾਡੇ ਕੇ ਵੀਰ ਭਰਾ ਸਪੋਰਟ ਕਰਨ ਵਾਲੇ ਨਾਲ ਆ ਨਾ, ਉਹਨਾਂ ਚਿਰ ਬਾਕੀ ਜਾਣ ਮੇਰੀਏ ਜਿੱਥੇ ਆਪਾਂ ਨੂੰ ਪਿਆਰ ਕਰਨ ਵਾਲੇ ਹੁੰਦੇ ਨਾ ਉੱਥੇ ਆਪਣੇ ਨਾਲ ਖਾਰ ਖਾਣ ਵਾਲੇ ਵੀ ਹੁੰਦੇ, ਦਾਇਰਾ ਹੁੰਦਾ ਹੈ ਨਾ ਹਰ ਇੱਕ ਦੇ ਸਰਕਲ ਦਾ। ਅਤੇ ਕੁਛ ਲੋਕ ਜਿਹੜੇ ਹੁੰਦੇ ਉਹ ਸਿੱਧਾ ਨਹੀਂ ਆਪਣੇ ਨਾਲ ਮਤਲਬ ਕਿ ਮੱਥਾ ਲਾ ਸਕਦੇ ਜਾਂ ਸਿੱਧਾ ਆਪਾਂ ਨੂੰ ਨਹੀਂ ਕਹਿ ਸਕਦੇ, ਫਿਰ ਉਹ ਪਿੱਠ ਪਿੱਛੇ ਛੁਰੀਆਂ ਚਲਾਉਂਦੇ ਆ, ਫਿਰ ਇਹੋ ਜਿਹੇ ਕੰਮ ਕਰਦੇ ਆ ਹੈ ਨਾ। ਆਪਣੇ ਜਿਹੜੀ ਆ ਗੱਡੀ ਦਾ ਚਲਾਉਣ ਜਾਂ ਬੌਂਡ ਹੋਈ ਵਾਲਾ ਚੱਕਰ ਪਿਆ ਸੀ, ਇਹਦੇ ਪਿੱਛੇ ਕੀ ਹੈ ਕਿਸੇ ਨੇ ਪੁਲਿਸ ਨੂੰ ਵੀਡੀਓ ਭੇਜੀ ਕਿ ਆਹ ਵੇਖੋ ਜੀ ਕਿੱਦਾਂ ਦੀਆਂ ਵੀਡੀਓ ਪਾਉਣ ਡੇ ਆ, ਇਹ ਗਾਣਾ ਪੁਲਿਸ ਨੂੰ ਟਾਰਗੇਟ ਕਰਨ ਡੇ ਆ। ਅਤੇ ਪੁਲਿਸ ਨੂੰ ਵੀ ਚਾਹੀਦਾ ਵਾ ਕਿ ਜਿਹਨੇ ਜਿਹਦਾ ਗਾਣਾ ਪਹਿਲਾਂ ਤੁਸੀਂ ਉਹਨੂੰ ਡੱਕੋ, ਜੇ ਸਿੰਗਰ ਨੇ ਗਾਣਾ ਪੁਲਿਸ ਨੂੰ ਟਾਰਗੇਟ ਕਰਕੇ ਕੱਢਿਆ ਪਹਿਲਾਂ ਉਹ ਗਾਣਾ ਬੰਦ ਕਰਾਓ। ਬਾਕੀ ਜਵਾਕਾਂ ਨੇ ਤਾਂ ਵੀਡੀਓ ਪਾਉਣੀਆਂ ਪਾਉਣੀਆਂ, ਗਾਣਾ ਜਦੋਂ ਨੈੱਟ 'ਤੇ ਆ ਗਿਆ ਵਾ ਉੱਥੇ ਹਜ਼ਾਰਾਂ ਲੋਕ ਵੀਡੀਓ ਪਾਉਂਦੇ ਸੀ, ਇਕੱਲਿਆਂ ਨੇ ਤਾਂ ਪਾਈ ਨਹੀਂ, ਉਹ ਗਾਣੇ 'ਤੇ ਹਜ਼ਾਰਾਂ ਨੇ ਵੀਡੀਓ ਪਾਈ ਆ। ਪਹਿਲਾਂ ਤੁਸੀਂ ਸਿੰਗਰ ਨੂੰ ਫੜੋ ਜਿਹਨੇ ਉਹ ਗਾਣਾ ਗਾਇਆ ਵਾ, ਫਿਰ ਤੁਸੀਂ ਕਰਿਓ ਹੈ ਨਾ। ਇਹ ਵੀਡੀਓ ਦੇ ਚੱਕਰ ਦੇ ਵਿੱਚ ਪੁਲਿਸ ਨੇ ਵੀ ਗੱਲ ਕਰੀ ਕਿ ਪੁਲਿਸ ਵਾਲੇ ਜਿਹੜੇ ਮੁੰਡੇ ਪੇਜ ਚਲਾਉਂਦੇ ਉਹਨਾਂ ਨੂੰ ਫੇਮ ਦਾ ਆ ਗਿਆ ਕਿ ਫੋਲੋਅਰ ਵੱਧ ਜਾਣ, ਪਰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇੱਕ ਬੰਦੇ ਨੂੰ ਟਾਰਗੇਟ ਕਰਕੇ ਪਿੱਛੇ ਜੇ ਵੀ ਮੇਰੇ ਨਾਲ ਇੱਕ ਚੀਜ਼ ਹੋਈ ਸੀ, ਜਦੋਂ ਆਪਣੇ ਉਦੋਂ ਇੱਕ ਨਵਾਂ ਰੂਲ ਕੱਢਿਆ ਸੀ ਇਹਨਾਂ ਨੇ ਕਿ ਇਹ ਜਿਨ੍ਹਾਂ ਨੇ ਹਥਿਆਰਾਂ ਨਾਲ ਫੋਟੋਆਂ ਪਾਈਆਂ ਵਾ ਉਹਨਾਂ ਨੂੰ ਉਹਨਾਂ ਦੇ ਪਰਚੇ ਕੀਤੇ ਜਾਣ। ਬਈ ਪਹਿਲਾਂ ਇੱਕ ਵਾਰਨਿੰਗ ਦਿਉ ਕਿ ਜਿਨ੍ਹਾਂ ਨੇ ਹਥਿਆਰਾਂ ਨਾਲ ਫੋਟੋਆਂ ਪਾਈਆਂ ਉਹਨਾਂ ਨੂੰ ਡਿਲੀਟ ਕਰ ਦਿਉ, ਜੇ ਨਹੀਂ ਬੰਦੇ ਡਿਲੀਟ ਕਰਦੇ ਫਿਰ ਤੁਸੀਂ ਪਰਚਾ ਕਰੋ, ਕਿ ਬੰਦੇ ਦੀ ਜ਼ਿੰਦਗੀ ਖਰਾਬ ਕਰਨ ਵਾਲਾ ਕੰਮ ਆ। ਉਦੋਂ ਜਦੋਂ ਨਵਾਂ ਨਵਾਂ ਅਜੇ ਬਿਆਨ ਵੀ ਨਹੀਂ ਆਇਆ ਸੀ, ਤਰਨ ਤਾਰਨ ਥਾਣੇ ਦੇ ਵਿੱਚ ਪਰਚਾ ਕੱਟਤਾ ਰਾਤ 1:30 ਵਜੇ, ਮੈਂ ਮੋਹਾਲੀ ਤੁਰਿਆ ਫਿਰਨ ਡਿਆ ਆਪਣਾ ਵਧੀਆ, ਅਤੇ ਸਵੇਰੇ ਉੱਠ ਕੇ ਮੈਂ ਗੁਰਦੁਆਰਾ ਸਾਹਿਬ ਗਿਆ ਅਤੇ ਮੈਨੂੰ ਨਾ ਨਿਊਜ਼ ਭੇਜੀ ਗਏ ਨੇ, ਕਹਿੰਦੇ ਯਾਰ ਤਿਰਤੇ ਪਰਚਾ ਕਰਤਾ ਮੁਹੱਲੇ ਆਪਣੇ ਤਰਨ ਤਾਰਨ, ਤੈਨੂੰ ਪਤਾ? ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਆਪਣੇ ਸੁਹਾਣਾ ਸਾਹਿਬ ਮੱਥਾ ਟੇਕ ਕੇ ਨਿਕਲਿਆ, ਮੈਨੂੰ ਵੀਰ ਭਰਾ ਮਿਲੇ। ਕਹਿੰਦੇ ਬਾਈ ਜੀ ਕੀ ਚੱਕਰ ਪੈ ਗਿਆ? ਮੈਂ ਕਿਹਾ ਯਾਰ ਕੀ ਚੱਕਰ ਪਿਆ? ਕਹਿੰਦੇ ਆ ਵੇਖੋ ਤੁਹਾਡੇ 'ਤੇ ਪਰਚਾ ਹੋ ਗਿਆ, ਤੁਸੀਂ ਤੁਰੇ ਫਿਰਦੇ ਇੱਦਾਂ ਹੀ। ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਦਾ। ਮੈਂ ਫੋਨ ਫਾਨ ਕੀਤੇ ਆਪਣੇ ਸੱਜਣਾ ਮਿੱਤਰਾਂ ਨੂੰ, ਕਹਿੰਦੇ ਹਾਂ ਪਰਚਾ ਆਇਆ ਹੋਇਆ ਵੀ ਰਾਤ ਆ, ਚਲੋ ਪਤਾ ਪੁਤਾ ਕਰਾਇਆ। ਅਤੇ ਪਰਚਾ ਕੀਤਾ ਵੀ ਇਸ ਹਿਸਾਬ ਨਾਲ ਕਿ ਜੇ ਤੁਹਾਨੂੰ ਉਹਦੀ ਮੈਂ ਐੱਫ ਆਈ ਆਰ ਦੀ ਕਾਪੀ ਪੜ੍ਹ ਕੇ ਸੁਣਾਵਾਂ, ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੰਨੇ ਗੰਦੇ ਤਰੀਕੇ ਨਾਲ ਪਰਚਾ ਕੀਤਾ ਸੀ ਉਹ। ਉਹਦੀ ਬਾਅਦ 'ਚ ਮੈਨੂੰ ਜ਼ਮਾਨਤ ਕਰਾਉਣੀ ਪਈ। ਗੱਲ ਕਹਿਦੀ ਕਿ ਹਰਾਸਮੈਂਟ ਕੀਤਾ ਜਾਂਦਾ ਆਪਣੇ ਕੁਛ ਲੋਕ ਹੁੰਦੇ ਜਿਹੜੇ ਆਪਣੇ ਨਾਲ ਖਾਰ ਖਾਂਦੇ ਆ, ਲਾਲਾ ਜਾਂ ਮਹਿਕਮੇ ਦੇ ਵਿੱਚ ਵੀ ਬੰਦੇ ਹੀ ਆ, ਉਹਨਾਂ ਵਿੱਚ ਵੀ ਕੁਛ ਲੋਕ ਆਪਣੇ ਨਾਲ ਖਾਰ ਖਾਂਦੇ ਹੁੰਦੇ ਜੀ ਆ, ਉਹਦੇ ਵਿੱਚ ਆਪਣੇ ਨਾਲ ਚੰਗੇ ਲੋਕ ਵੀ ਹੁੰਦੇ ਅਤੇ ਮਾੜੇ ਵੀ ਹੁੰਦੇ ਆ, ਵਿੱਚੇ ਆਪਾਂ ਨੂੰ ਬਚਾਉਣ ਵਾਲੇ ਹੁੰਦੇ ਅਤੇ ਵਿੱਚੇ ਆਪਾਂ ਨੂੰ ਠਕਾਉਣ ਵਾਲੇ ਹੁੰਦੇ ਆ। ਅਤੇ ਬਾਬੇ ਦੀ ਕਿਰਪਾ ਨਾਲ ਬਚਾਉਣ ਵਾਲਿਆਂ ਦਾ ਵਾਸ ਚੱਲ ਜਾਂਦਾ, ਆਪਾਂ ਹਰ ਵਾਰ ਬਾਬੇ ਦੀ ਕਿਰਪਾ ਨਾਲ ਸਹੀ ਹੋਵਾਂਗੇ ਨਾ ਆਪਾਂ ਕਿਤੇ ਨਾ ਕਿਤੇ। ਜੇ ਮੰਨ ਲਓ ਕੋਈ ਆਪਣੀ ਨਹੀਂ ਸੁਣਵਾਈ ਕਰਦਾ, ਕੋਰਟ 'ਚੋਂ ਸੁਣਵਾਈ ਹੋ ਜੂਗੀ। ਕੋਰਟ ਦੇ ਵਿੱਚ ਜਿਹੜੇ ਜੱਜ ਸਾਹਿਬ ਆ, ਇੰਨੀ ਇਹਨਾਂ ਨੇ ਪੜ੍ਹਾਈਆਂ ਕੀਤੀਆਂ ਹੁੰਦੀਆਂ ਵਾ, ਉਹ ਨਜਾਇਜ਼ ਨਹੀਂ ਹੁੰਦੇ ਨੇ ਛੇਤੀ ਕੀਤੀਆਂ, ਅਤੇ ਉੱਥੋਂ ਫਿਰ ਆਪਾਂ ਜ਼ਮਾਨਤ ਚਲੋ ਕਰਾਉਣੀ ਪੈ ਗਈ, ਹਰਾਸਮੈਂਟ ਹੋਈ। ਅਤੇ ਕੁਛ ਲੋਕ ਹੁੰਦੇ ਜਿਹੜੇ ਆਪਣੇ ਨਾਲ ਜੈਲਸੀ ਕਰਕੇ ਜਾਂ ਆਪਣੇ ਨਾਲ ਖਾਰ ਖਾਣ ਕਰਕੇ ਆਪ ਇਹੋ ਜਿਹੀਆਂ ਹਰਕਤਾਂ ਕਰਵਾਉਂਦੇ ਆ, ਉਦੋਂ ਜਿਹਦਾ ਹੱਥ ਪੈਂਦਾ ਹੋਊਗਾ ਸਾਡੇ ਜ਼ਿਲ੍ਹੇ ਦੇ ਵਿੱਚ, ਉਹਨੇ ਵੇਖੇ ਨੈੱਟ 'ਤੇ ਫੋਟੋਆਂ ਹੈਗੀਆਂ, ਉਹਨਾਂ ਫੜ ਕੇ ਪਰਚਾ ਕਟਾ ਕੇ ਪਰਾਂ ਕੀਤਾ। ਅਤੇ ਪਰ ਫਿਰ ਵੀ ਆਪਾਂ ਤਾਂ ਉਹ ਮਾਲਕ 'ਤੇ ਦੁਆ ਛੱਡੀਆਂ ਹੁੰਦੀਆਂ ਵਾ, ਉਹ ਰੱਬ ਆਪਣੀ ਪਿੱਠ ਨੂੰ ਲੱਗਣ ਦਿੰਦਾ, ਉਹ ਫਿਰ ਉਹ ਚੀਜ਼ ਚੋਂ ਕਢਵਾ ਲਿਆਉਂਦਾ। ਕੀ ਜਾਣ ਮੇਰੀਏ ਇਹ ਜ਼ਿੰਦਗੀ ਆ, ਇਹਦੇ ਵਿੱਚ ਜਦੋਂ ਇਹੋ ਜਿਹੀ ਚੀਜ਼ ਕੋਈ ਨਵੀਂ ਨਵੀਂ ਹੁੰਦੀ ਉਦੋਂ ਬੰਦੇ ਨੂੰ ਦੁੱਖ ਲੱਗਦਾ ਕਿ ਉਦੋਂ ਬੰਦਾ ਹੁੰਦਾ ਕਿ ਯਾਰ ਮੈਂ ਤਾਂ ਚੀਜ਼ ਕੀਤੀ। ਜਦੋਂ ਇਹੋ ਚੀਜ਼ ਦੀ ਆਦਤ ਪੈ ਜਾਂਦੀ ਨਾ, ਹਰ ਸਾਲ ਕੋਈ ਨਾ ਕੋਈ ਚੱਕਰ ਇਹੋ ਜਿਹਾ ਪੈ ਜਾਂਦਾ, ਤਾਂ ਹੁੰਦੀ ਨਜਾਇਜ਼ ਹੀ ਆ। ਫਿਰ ਆਪਣੇ ਜਾ ਕੇ ਬਿਆਨਬਾਜ਼ੀ ਦੇਈਦੀ, ਇਨਵੈਸਟੀਗੇਸ਼ਨ ਦੇਈਦੀ, ਅਤੇ ਜੇ ਪਹਿਲਾਂ ਇਨਵੈਸਟੀਗੇਸ਼ਨ ਕਰਕੇ ਫਿਰ ਕਾਰਵਾਈ ਕੀਤੀ ਜਾਵੇ ਤਾਂ ਆਪਣੇ ਦੇਸ਼ ਦੇ ਵਿੱਚ ਅੱਧੇ ਜ਼ਿਆਦਾ ਕ੍ਰਾਈਮ ਨਾ, ਅੱਧੇ ਲੋਕ ਨਾ ਵਿਗੜਨ, ਅੱਧੇ ਜਿਹੜੇ ਆਪਾਂ ਜੇਲ੍ਹਾਂ 'ਚ ਬੈਠੇ ਆਪਾਂ ਗੈਂਗਸਟਰ ਵੇਖਣ ਡੇ ਨਾ, ਉਹਨਾਂ ਦੇ ਗੈਂਗਸਟਰ ਬਣਨ ਦੇ ਪਿੱਛੇ ਕਾਰਨ ਇਹ ਹੈ ਕਿ ਧੱਕੇ ਹੋ ਜਾਂਦੇ ਉਹਨਾਂ ਦੇ ਨਾਲ, ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਅਤੇ ਬਾਅਦ 'ਚੋਂ ਫਿਰ ਉਹ ਗਲਤ ਰਾਹ ਤੁਰ ਪੈਂਦੇ ਆ। ਅਤੇ ਇਹ ਸੱਚ ਆ, ਭਾਵੇਂ ਤੁਹਾਡੀ ਕਿਸੇ ਤੁਹਾਡਾ ਕੋਈ ਯਾਰ ਦੋਸਤ ਵੀ ਗੈਂਗਸਟਰ ਹੋ ਗਿਆ, ਉਹਨੂੰ ਪੁੱਛ ਕੇ ਵੇਖੋ ਉਹਨਾਂ ਨਾਲ ਕੀ ਕੁਛ ਹੋਇਆ, ਅਤੇ ਫਿਰ ਉਹ ਇਸ ਲਾਈਨ 'ਚ ਤੁਰਿਆ। ਕਿਸੇ ਨੂੰ ਸ਼ੌਂਕ ਨਹੀਂ ਹੁੰਦਾ, 100 ਪਿੱਛੇ 2-4 ਬੰਦੇ ਹੁੰਦੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਅਸੀਂ ਯਾਰ ਨਾ ਬਣਾਉਣਾ, ਅਸੀਂ ਬਦਮਾਸ਼ੀ ਕਰਨੀ, ਪਰ ਅੱਜ ਦੇ ਟਾਈਮ ਦੇ ਵਿੱਚ ਉਹ ਵੀ ਬਹੁਤ ਘੱਟ ਰਹਿ ਗਿਆ।
ਅੱਜ ਦੇ ਟਾਈਮ ਦੇ ਵਿੱਚ ਕੀ ਹੁੰਦਾ ਕਿ ਬੰਦੇ ਦੇ ਨਾਲ ਨਜਾਇਜ਼ ਹੁੰਦੀ, ਨਜਾਇਜ਼ ਹੋਣ ਤੋਂ ਬਾਅਦ ਉਹ ਜੇਲ੍ਹ 'ਚ ਜਾਂਦਾ, ਜੇਲ੍ਹ 'ਚ ਜਾਣ ਤੋਂ ਬਾਅਦ ਫਿਰ ਉਹਦੇ ਰਾਹ ਹੀ ਵੱਖਰੇ ਹੋ ਜਾਂਦੇ, ਫਿਰ ਉਹ ਸੋਚਦਾ ਕਿ ਹੁਣ ਤਾਂ ਆਹ 'ਚ ਹੋ ਹੀ ਗਿਆ, ਚਲੋ ਠੀਕ ਆ ਇਹੋ ਲੈਣ ਸਹੀ। ਅਤੇ ਜੇ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਇਨਵੈਸਟੀਗੇਸ਼ਨ ਕਰਕੇ ਫਿਰ ਬੰਦੇ ਦੇ ਪਰਚਾ ਕੱਟਿਆ ਜਾਵੇ ਤਾਂ ਉਹ ਸਭ ਤੋਂ ਵਧੀਆ। ਇੱਥੇ ਇਹੋ ਚੀਜ਼ ਆਪਣੇ ਮਾੜੀ ਹੈ ਕਿ ਜਿਹਦਾ ਵਸ ਚੱਲ ਜਾਂਦਾ ਨਾ, ਜਿਹਦਾ ਮਤਲਬ ਕਿ ਹੱਥ ਪੈਂਦਾ ਹੁੰਦਾ, ਉਹ ਤਾਂ ਅਗਲੇ ਦਾ ਮਤਲਬ ਕਿ ਪਤਾ ਨਹੀਂ ਲੱਗਣ ਦਿੰਦਾ। ਮੇਰੇ ਨਾਲ ਦੋ ਤਿੰਨ ਚੀਜ਼ਾਂ ਇੱਦਾਂ ਦੀਆਂ ਹੋਈਆਂ, ਇੱਕ ਹਥਿਆਰ ਵਾਲਾ ਪਰਚਾ ਇੱਦਾਂ ਆਇਆ ਸੀ ਨਜਾਇਜ਼, ਇੱਕ ਮੇਰੇ ਘਰੇਲੂ ਮਸਲੇ ਦਾ ਪਰਚਾ ਆਇਆ ਸੀ, ਉਹ ਵੀ ਮੈਂ ਡਿਊਟੀ ਕਰਦਾ ਸੀ, ਮੈਨੂੰ ਸਿੱਧਾ ਜਦੋਂ ਪਰਚਾ ਹੋਣ ਤੋਂ ਬਾਅਦ ਸਿੱਧਾ ਮੇਰੇ ਸਸਪੈਂਡ ਦੇ ਔਡਰ ਆਏ, ਮੈਨੂੰ ਫਿਰ ਪਤਾ ਲੱਗਾ ਮੇਰੇ 'ਤੇ ਪਰਚਾ ਆ ਗਿਆ, ਕਿਉਂਕਿ ਮੈਨੂੰ ਪੁੱਛਿਆ ਵੀ ਨਹੀਂ ਗਿਆ ਕਿ ਤੂੰ ਗਲਤੀ ਆ, ਤੂੰ ਸਹੀ ਆ, ਆਪਣਾ ਇਨਵੈਸਟੀਗੇਸ਼ਨ ਦੇ ਆ ਕੇ ਜਾਂ, ਸਵਾਲ ਹੀ ਨਹੀਂ ਪਤਾ ਹੁੰਦਾ। ਅਤੇ ਇਹੋ ਜਿਹੀ ਇੱਕ ਹੋਰ ਇੱਕ ਪਿਛਲੇ ਸਾਲ ਹੋਇਆ, ਹਾਂ ਸਾਡੇ ਜਿੰਨੇ ਵਾਲੇ ਕਤਲ ਕੁਤਲ ਹੋਏ ਸੀ ਦੋ ਤਿੰਨ, ਉਹਨਾਂ ਦੇ ਵਿੱਚ ਵੀ ਮਤਲਬ ਕਿ ਜੇ ਹੁਣ ਮੰਨ ਲਓ ਪਿੰਡ ਆਪਣੇ ਘਰ ਮੁੰਡੇ ਮੰਡੇ ਫੋਟੋਆਂ ਵਿਚਾਰੇ ਖਿਚਾਉਣ ਆ ਜਾਂਦੇ, ਉਹਨਾਂ ਵਿੱਚੋਂ ਕੱਲ੍ਹ ਨੂੰ ਜਾ ਕੇ ਕੋਈ ਕਤਲ ਕਰਨ ਦਾ ਉਸ ਚੀਜ਼ ਦੇ ਵਿੱਚ ਵੀ ਮੈਨੂੰ ਘੜੀਸਿਆ ਜਾਂਦਾ ਸੀ ਕਿ ਹਾਂ ਵੀ ਤੇਰੇ ਨਾਲ ਇਹਦੀ ਫੋਟੋ ਸੀ, ਤੂੰ ਇਹਦਾ ਤੇਰਾ ਯਾਰ ਆ, ਫਲਾਣਾ ਠੀਕ ਆ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ। ਇਹ ਹੁੰਦੀਆਂ ਕਿ ਬੇਵਜ੍ਹਾ ਮਤਲਬ ਕਿ ਹਰਾਸਮੈਂਟ ਵਾਲੀਆਂ ਚੀਜ਼ਾਂ ਹੁੰਦੀਆਂ, ਇਹੋ ਜਿਹੀ ਤੁਹਾਡੇ ਨਾਲ ਕਦੇ ਸ਼ੇਅਰ ਨਹੀਂ ਕੀਤੀਆਂ ਕਿ ਉਹ ਟਾਈਮ ਕੱਢ ਲਈਦਾ ਔਖੇ ਸੌਖੇ ਹੈਗੇ, ਕਦੀ ਤੁਹਾਨੂੰ ਉਸ ਟਾਈਮ 'ਤੇ ਦੱਸਿਆ ਨਹੀਂ, ਆਹ ਤੁਹਾਨੂੰ ਗੱਲਾਂ ਬਾਅਦ 'ਚ ਤਾਂ ਦੱਸਣ ਆ ਕਿ ਆਹ ਚੀਜ਼ਾਂ ਜ਼ਿੰਦਗੀ 'ਚ ਹੋਈ ਜਾਂਦੀਆਂ ਨੇ, ਅਤੇ ਇਸ ਚੀਜ਼ ਨੂੰ ਘਬਰਾਉਣਾ ਨਹੀਂ ਆ। ਆਪਣੇ ਇੱਥੇ ਮਾਹੌਲ ਹੀ ਇੱਦਾਂ ਦਾ ਹੋ ਗਿਆ ਵਾ ਕਿ ਜਿਹਦਾ ਵਸ ਚੱਲਦਾ, ਜਿਹਦਾ ਦਾਂ ਚੱਲਦਾ ਵਾ ਥੱਲੇ ਸੁੱਟਣ ਵਾਸਤੇ, ਉਹ ਫਿਰ ਇਹੋ ਜਿਹੇ ਦਾਅ ਪੇਜ ਖੇਡਦੇ ਆ। ਅਤੇ ਪਰ ਫਿਰ ਵੀ ਗੱਲ ਕਹਦੀ ਆ ਕਿ ਜਦੋਂ ਕਿਤੇ ਨਾ ਕਿਤੇ ਜੇ ਮਾੜੇ ਲੋਕ ਹੁੰਦੇ ਤਾਂ ਚੰਗੇ ਵੀ ਮਿਲ ਜਾਂਦੇ ਆ ਆਪਾਂ ਨੂੰ, ਜੇ ਆਪਾਂ ਨੂੰ ਮਤਲਬ ਕਿ ਹਰਾਸਮੈਂਟ ਕਰਨ ਵਾਲੇ ਲੋਕ ਆਪਾਂ ਨੇ ਮਤਲਬ ਕਿ ਆਪ ਲੱਤਾਂ ਖਿੱਚਣ ਦਿੰਦੇ ਨਾ, ਉੱਥੇ ਚੰਗੇ ਬੰਦੇ ਵੀ ਹੁੰਦੇ ਆ ਜਿਹੜੀ ਆਪਣੀ ਮਦਦ ਕਰ ਜਾਂਦੇ, ਅਤੇ ਉਹ ਰੱਬ ਹੀ ਫਿਰ ਕਰਾਉਂਦਾ ਸਾਰਾ ਕੁਝ। ਤਾਂ ਇੱਕ ਆ ਕਿ ਘਬਰਾਉਣਾ ਨਹੀਂ, ਕਦੀ ਵੀ ਨੈਗੇਟਿਵ ਨਹੀਂ ਹੋਣਾ, ਇਹ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਇੱਦਾਂ ਹੀ ਚੱਲਣਾ ਵਾ। ਬਾਕੀ ਜਿਉਂ ਜਿਉਂ ਤੁਸੀਂ ਵੱਡੇ ਹੁੰਦੇ ਜਾਓਗੇ, ਜਿਉਂ ਜਿਉਂ ਤੁਹਾਡਾ ਦਾਇਰਾ, ਤੁਹਾਡਾ ਔਰਾ ਵੱਡਾ ਹੁੰਦਾ ਜਾਂਦਾ, ਤੁਹਾਡੇ ਉਨੇ ਯਾਰ ਵੀ, ਦੁਸ਼ਮਣ ਵੀ, ਹਰ ਇੱਕ ਚੀਜ਼ ਜੇ ਤੁਹਾਡੀ ਵੱਧਦੀ ਜਾਂਦੀ, ਹਰ ਇੱਕ ਚੀਜ਼ ਵਧਣੀ ਆ। ਜੇ ਤੁਹਾਡੇ ਯਾਰ ਵਧਣਗੇ ਤੁਹਾਡੇ ਦੁਸ਼ਮਣ ਵੀ ਵਧਣੇ ਆ, ਹਰ ਇੱਕ ਚੀਜ਼ ਨਾਲ ਨਾਲ ਹੀ ਵੱਧਦੀ ਆ ਆਪਣੇ। ਆਪਾਂ ਜੇ ਇੱਕ ਚੀਜ਼ ਸੋਚ ਲਈਏ ਸਾਨੂੰ ਇਕੱਲਾ ਪੈਸਾ ਜ਼ਿਆਦਾ ਹੋਵੇ, ਬਾਕੀ ਸਾਨੂੰ ਜ਼ਿੰਦਗੀ ਸਕੂਨ ਦੀ ਮਿਲ ਜੇ, ਨਾ, ਇਹ ਸਾਰੀਆਂ ਚੀਜ਼ਾਂ ਜ਼ਿੰਦਗੀ 'ਚ ਜਾਣ ਮੇਰੀਆਂ ਨਾਲ ਨਾਲ ਹੀ ਵਧਣੀ ਰਹਾ। ਤੁਹਾਨੂੰ ਇਹ ਗੱਲਾਂ ਦੱਸਣ ਦਾ ਮੇਨ ਮਤਲਬ ਇਹੋ, ਜਿਹੜੇ ਮੇਰੇ ਭਰਾ ਮੈਨੂੰ ਮੇਰੇ ਤੋਂ ਛੋਟੇ ਵੇਂਦੇ ਆ, ਕਦੀ ਵੀ ਘਬਰਾਉਣਾ ਨਹੀਂ ਆ ਜੇ ਤੁਸੀਂ ਸੱਚੇ ਜੇ, ਤੇ ਹੈ ਨਾ, ਉਹ ਰੱਬ 'ਤੇ ਡੋਰਾਂ ਛੱਡ ਕੇ ਅਤੇ ਆਪਣੇ ਕੰਮ ਧੰਦੇ ਕਰੀ ਜਾਣੇ ਆ। ਕਦੀ ਨੈਗੇਟਿਵ ਨਹੀਂ ਹੋਣਾ, ਕਦੀ ਆਪਣੇ ਆਪ ਨੂੰ ਮਤਲਬ ਕਿ ਨੀਵਾਂ ਨਹੀਂ ਕਰਨਾ ਕਿ ਯਾਰ ਮੈਂ ਤਾਂ ਹੁਣ ਖਤਮ ਹੋ ਗਿਆ ਵਾਂ, ਜਾਂ ਮੈਂ ਆਪਣੇ ਆਪ ਨੂੰ ਨੁਕਸਾਨ, ਆਪਣੇ ਆਪ ਦਾ ਨੁਕਸਾਨ ਨਹੀਂ ਕਦੀ ਆਪ ਕਰਨਾ। ਅਤੇ ਕੋਈ ਇੱਦਾਂ ਦਾ ਜੰਮੇ ਨੇ ਜਿਹੜਾ ਨੁਕਸਾਨ ਕਰਦੇ, ਭੇਜਿਆ ਰੱਬ ਨੇ ਆ, ਉਹਦੀ ਰਜ਼ਾ 'ਚ ਹੀ ਜੋ ਹੁੰਦਾ ਉਹ ਹੀ ਉਹਦੀ ਰਜ਼ਾ 'ਚ ਹੀ ਹੋਣਾ ਵਾ, ਕੋਈ ਕਿਸੇ ਨੁਕਸਾਨ ਨਹੀਂ ਕਰ ਸਕਦਾ। ਇਹ ਸਭ ਗੱਲਾਂ ਬਣੀਆਂ ਹੁੰਦੀਆਂ, ਆਪਾਂ ਇੱਥੇ ਕਿਸੇ ਦੇ ਬਾਰੇ ਸੋਚ ਲਈਏ, ਆਪਾਂ ਨੂੰ ਐਂ ਕਰਨਾ ਜਿੰਨਾ ਚਿਰ ਉਹ ਮਾਲਕ ਦੀ ਮਿਹਰ ਰਹਿਮ ਤਾਂ ਅਗਲੇ ਦੀ ਕੀਤਾ ਕਿੰਨੀਆਂ ਕਿਆ। ਇਹ ਕਰਕੇ ਕਦੀ ਵੀ ਘਬਰਾਉਣਾ ਨਹੀਂ, ਕਦੀ ਵੀ ਨੈਗੇਟਿਵ ਨਹੀਂ ਹੋਣਾ, ਕੋਈ ਵੀ ਹਾਲਾਤ ਜ਼ਿੰਦਗੀ ਵਿੱਚ ਪੈਦਾ ਹੁੰਦੇ ਆ ਉਹਦਾ ਸਾਹਮਣਾ ਕਰਨਾ। ਅਤੇ ਇਹ ਗੱਲਾਂ ਦੱਸਣ ਦਾ ਮੇਰਾ ਕਾਰਨ ਇਹੋ ਹੀ ਕਿ ਜਿਹੜੇ ਮੇਰੇ ਭਰਾ ਮੇਰੇ ਤੋਂ ਮੈਨੂੰ ਛੋਟੇ ਵੇਖਦੇ ਆ, ਕਦੀ ਵੀ ਡਰਨਾ ਨਹੀਂ, ਘਬਰਾਉਣਾ ਨਹੀਂ। ਮੈਂ ਵੀ ਮਤਲਬ ਉਹਦੀ ਯਾਰ ਹੋਣੀ ਘਰੇ, ਭੁੱਖ ਲੱਗੀ ਪੇਟ ਪੂਜਾ ਕਰੀਏ, ਸ਼ੇਰਾ ਵੀ ਪਿੰਡ ਨੂੰ ਗਿਆ ਅੱਜ, ਉਹਨੂੰ ਕੰਮ ਸੀ, ਅਤੇ ਆਪਾਂ ਕਰਕੇ ਪੇਟ ਪੂਜਾ ਚੱਲਦੇ ਹਾਂ ਕਿ ਬਸ ਇੱਕ ਦੋ ਕੰਮ ਕਰਨ ਵਾਲੇ ਉਹ ਕਰਾ ਕੇ ਲਿਆਈਏ। ਕੰਮ ਕਰਨ ਵਾਲੇ ਤਾਂ ਬੜੇ ਆ, ਕਹਿੰਦੇ ਵਹਿਪਰ ਪਾਉਣ ਵਾਲੇ ਰਾਣੀ ਦੇ ਆਵੇ, ਤੀਲੇ ਛੱਡੀ ਜਾਂਦੀ ਆ, ਨਿੱਕੇ ਨਿੱਕੇ ਕੰਮ ਤਾਂ ਮੁੱਕਦੇ ਨਹੀਂ, ਉੱਤੋਂ ਘਰ ਬਣ ਰਿਹਾ ਹੋਵੇ ਜਦੋਂ, ਇਹ ਤਾਂ ਸੱਚ ਸਮਾਣੀ ਪੂਰਾ ਨਹੀਂ ਹੁੰਦਾ। ਗੁਰੂ ਕਿੱਥੇ ਪੁੱਲ ਟੈਗ ਹੋ ਜਿਹੜੇ ਬਾਪੂ ਜੀ ਉੱਥੇ ਹੀ ਕਨੇਡਾ ਬੇਸਮੈਂਟ ਕੀ ਬਣਿਆ, ਬੇਸਮੈਂਟਾਂ ਨਹੀਂ ਆ ਹਾਂ, ਜਿਹੜੀਆਂ ਵਿੱਚ ਫਲੈਸ਼ਾਂ ਬਾਥਰੂਮ ਬਣੇ ਆ, ਜਦੋਂ ਆਪਾਂ ਫਲੈਸ਼ ਕਰਕੇ ਛੱਡਦੇ ਹਾਂ ਤਾਂ ਕੁੜੀ ਇੰਨਾ ਖੜਾ ਰਹਿੰਦਾ ਬੰਬ ਡਿੱਗਣ ਦਾ, ਜਦ ਤੱਕ ਪਰਸਾਂ ਲਗਾਈ ਲੱਗੀ ਹੁੰਦੀ ਆ, ਹੋ ਜੀ ਉੱਥੇ ਜੀ ਲਾਉਣੀ ਕੁੜੀ ਅੱਗੇ ਭੱਜੀਏ ਤਾਂ ਆਉਂਦਾ, ਕਹਿੰਦਾ ਭੱਜਣ ਨੂੰ ਰਾਹ ਨਹੀਂ ਉੱਥੇ ਤੇ ਜਹਾਜ਼ ਤਾਂ ਬਣਾਉਣਾ ਕਾਹਤੇ ਹਾਂ, ਨਹੀਂ ਫਿਰ ਪੰਜਾਬ ਪੰਜਾਬ ਕਮਾਈ ਵਾਸਤੇ ਦੇਸ਼ ਵਧੀਆ ਵਾ, ਕਮਾਈ ਕਰਕੇ ਇੱਧਰ ਆਵੇ ਆਹਾਂ, ਉੱਦਾਂ ਵਧੀਆ ਜਿਹੜੇ ਮੁੰਡੇ ਹੁਣ ਜਾਲ ਦੇ ਹੋਣਾ, ਭਾਵੇਂ ਆਪਣੇ ਵੀ ਜਿਹੜਾ ਬਲਾ ਟੁਕ ਜਾ ਰਿਹਾ ਉਹਨੂੰ ਇੱਧਰ ਕੀ ਆਉਂਦਾ, ਭਾਵੇਂ ਤਾਂ ਭੁੱਖਾ ਬੈਠਾ ਰਹੇ, ਰੋਟੀ ਗੋਤਰ ਸਭ ਵਾਧੂ ਉੱਥੇ ਰਾਸ਼ਨ ਹੀ ਬਾਬੇ ਦੇ ਦਿੰਦੇ ਆ। ਅੱਛਾ ਆਹੋ, ਕੋਈ ਬਾਬਾ ਫਿਰ ਮਾੜਾ ਨਾ ਟੱਪਰ ਮਨੇਰ ਕੇ ਉਹ ਭਾਵੇਂ ਭਜਾਵੇ ਨਹੀਂ, ਤਾਂ ਫਰਕ ਚੰਗੇ ਹੀ ਉੱਥੇ ਸਾਰੇ ਉਹਦੇ ਨਾਲ ਗੁਰੂ ਘਰ ਪਹੁੰਚਾਈ ਜਾਂਦੇ, ਗੁਰੂਆ ਜਿੰਨਾ ਆਪਣੇ
ਸਿੰਘਾਂ ਦੇ ਕੰਮ ਆ ਨਾ, ਚੜ੍ਹਦੀਆਂ ਗੱਲਾਂ ਗੁਰਦੁਆਰੇ ਸਾਹਿਬ ਬੜੇ ਉੱਥੇ ਕੀਤੀ ਕੁੜੀਆਂ ਮੁੰਡੇ ਉਹ ਮੈਂ ਉੱਥੇ ਨੀ ਵੇਖਿਆ ਆਪਣੇ ਜਿਆਦਾ ਕੰਮ ਹੀ ਇੱਥੇ ਆਪਣੇ ਚੰਗੇ ਕਿੰਨਾ ਪੁਲਿਸ ਦਾ ਜਿਹੜਾ ਪੁੱਛਿਆ ਸਾਰੀ ਹਰਿਮੰਦਰ ਰਹੂਗਾ ਉੱਥੇ ਪੁਲਿਸ ਇੱਥੇ ਧੱਕਾ ਨੀ ਕਰਦੀ ਪੁਲਿਸ ਜੇ ਉਹਨਾਂ ਨੂੰ ਕੇਸ ਉੱਥੇ ਜਦ ਸਜ਼ਾ ਦੇ ਦਿੰਦੇ ਅੰਦਰੇ ਬੰਦਾ ਮਰ ਜਾਂਦਾ ਗਲਤੀ ਕਿੱਦਾਂ ਕਰ ਲੂ ਉਹਦੀ ਸ਼ਿਕਾਇਤ ਆਪਣੇ ਮੁੰਡੇ ਜਿਹੜੇ ਗਲਤੀਆਂ ਕਰਦੇ ਉੱਥੇ ਜਾ ਹਟਦੇ ਨੀ ਭਾਰੇ ਹੋਏ ਦੱਸਿਆ ਕਿ 100 ਪਿੱਛੇ 2000 ਹੁੰਦੇ ਆ ਪਰ ਆਪਣੇ ਜਿਹੜੇ ਬੰਦੇ ਸਿਆਣੇ ਬੜੇ ਉੱਥੇ ਇੱਥੇ ਬਾਪੂ ਬੁੱਪੂ ਜਿਹੜੇ ਬੰਦੇ ਜਾ ਸਾਰੇ ਵਧੀਆ ਉੱਥੇ ਐਵੇਂ ਲੋਕੀ ਨਾਲ ਹੁਣ ਜਿਹੜਾ ਬੰਦਾ ਹੁਣ ਉੱਥੇ ਅੱਕ ਗਿਆ ਉਹਨੇ ਤੇ ਫਿਰ ਮਾੜਾ ਪਤਾ ਕੀ ਚੱਕਰ ਹੋ ਗਿਆ ਬਾਪੂ ਸੋਸ਼ਲ ਮੀਡੀਆ ਨੇ ਬਦਨਾਮ ਕਰਤੇ ਆ ਨਿੱਕੀ ਜੀ ਗੱਲ ਨੂੰ ਖਬਰ ਬਣਾ ਕੇ ਲਾ ਦਿੰਦੇ ਜਿਆਦੀ ਗੁਰੂ ਪਾਤ ਦਾ ਪਾਠ ਵੀ ਕਰ ਲਿਆ ਜੀ ਆਪਾਂ ਮਹਾਰਾਜ ਦਰਸ਼ਨ ਮੇਲੇ ਕਰਨ ਵੀ ਜਾਣਾ ਗੁਰਦੁਆਰਾ ਸਾਹਿਬ ਪਰ ਮੇਰੀ ਨਾ ਗੱਲ ਸੀ ਇੱਕ ਮੈਂ ਕਮੈਂਟ ਪੜਿਆ ਕੱਲ ਵੀਰ ਦਾ ਸ਼ਾਮੀ ਬਾਈ ਕਹਿੰਦਾ ਕਿ ਬਾਈ ਅਸੀਂ ਗੁਰਦੁਆਰਾ ਸਾਹਿਬ ਮੈਂ ਜਾਂਦਾ ਸੇਵਾ ਵੀ ਕਰਦਾ ਪਰ ਮੈਂ ਜਿਹੜੀ ਚੀਜ਼ ਮੰਗਦਾ ਉਹ ਮੈਨੂੰ ਮਿਲਦੀ ਨਹੀਂ ਪਈ ਅਤੇ ਜਾਣ ਮੇਰੀ ਨਿਰਾਸ਼ ਨਾ ਹੋਇਆ ਕਰੋ ਜਿਹਨੇ ਆਪਾਂ ਨੂੰ ਭੇਜਿਆ ਵਾ ਉਹਨੂੰ ਪਤਾ ਆਪਾਂ ਨੂੰ ਕੀ ਦੇਣਾ ਕੀ ਨਹੀਂ ਦੇਣਾ ਹੋ ਸਕਦਾ ਉਹ ਚੀਜ਼ ਤੇਰੇ ਲਈ ਨੁਕਸਾਨ ਦੇ ਹੋਵੇ ਹੈ ਨਾ ਹੋ ਸਕਦਾ ਕਿਉਂਕਿ ਜਿਹੜੇ ਮਲਕ ਨੇ ਆਪਾਂ ਨੂੰ ਭੇਜਿਆ ਉਹਨੂੰ ਪਤਾ ਆ ਆਪਾਂ ਕਹਿ ਰਹੇ ਉਹ ਚੀਜ਼ਾਂ ਮੰਗਣ ਡਿਆ ਵੀ ਇਹਨੇ ਕਿ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਕੁਛ ਟਾਈਮ ਬਾਅਦ ਜਾ ਕੇ ਬਹੁਤ ਵੱਡਾ ਨੁਕਸਾਨ ਹੋਣਾ ਹੁੰਦਾ ਹੈ ਇਹ ਕਰਕੇ ਗੁਰੂ ਘਰ ਜਾਓ ਪਾਠ ਕਰੋ ਅਤੇ ਛੱਡ ਹੀ ਸਭ ਕੁਝ ਉੱਤੇ ਦਿਓ ਕਿ ਮਹਾਰਾਜ ਤੁਸੀਂ ਜੋ ਕਰੋਗੇ ਵਧੀਆ ਕਰੋਗੇ ਹੁਣ ਤੱਕ ਤੁਸੀਂ ਜੋ ਕੀਤਾ ਵਧੀਆ ਕੀਤਾ ਅਤੇ ਤੁਹਾਡੇ ਓਟ ਆਸਰੇ ਤੁਰੇ ਫਿਰਦੇ ਤੁਰੇ ਆਪਾਂ ਉਹਦੇ ਓਟ ਆਸਰੇ ਨਾਲ ਫਿਰਦੇ ਜੀ ਇਹ ਆਪਾਂ ਨੂੰ ਭਰਮ ਭੁਲੇਖੇ ਹੁੰਦੇ ਕਿ ਅਸੀਂ ਐਂ ਕਰ ਦਾਂਗੇ ਜੋ ਕਰ ਦਾਂਗੇ ਅਗਲੇ ਸਾਹ ਦਾ ਨਹੀਂ ਪਤਾ ਆਪਾਂ ਨੂੰ ਆਉਣਾ ਕਿ ਨਹੀਂ ਆਉਣਾ ਇਹ ਕਰਕੇ ਜਿਹੜੀ ਜ਼ਿੰਦਗੀ ਮਿਲੀ ਇਹਨੂੰ ਜੀ ਲਓ ਆਨੰਦ ਲਓ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਬਸ ਆਪਣੇ ਗੁਰੂ ਮਾਰੇ ਲੜ ਲਾ ਕੇ ਰਹੋ ਜੇ ਜ਼ਿੰਦਗੀ ਵਧੀਆ ਕੱਟ ਲਈ ਹਾਂ ਆਹ ਵੇਖੀਏ ਬਾਹਰ ਕੀ ਮਾਹੌਲ ਚੱਲ ਆ ਹਾਂ ਵੀ ਕੋਕੀ ਉੱਤੇ ਆਉਣਾ ਮੈਂ ਤਾਂ ਬਾਅਦ 'ਚ ਲਿਆ ਕੀ ਕਰਨਾ ਉੱਤੇ ਚੱਲੀ ਬਾਹਰ ਚਲਾ ਜਾਂਦੀ ਚੱਲ ਆ ਜਾ ਆ ਜਾ ਆ ਜਾ ਆ ਜਾ ਚੱਲੀ ਆ ਜਾ ਚੱਲ 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 ਚੱਲੀ ਬਾਹਰ ਕੀ ਮਾਹੌਲ ਚੱਲ ਕਰਦਾ ਕੰਮ ਦੇਖੀ ਬਹੁਤ ਦਿਨ ਹੋ ਗਏ ਵੇਖਿਆ ਨਹੀਂ ਕਿੱਦਾਂ ਕਿਤੇ ਮੇੜਿਆ ਉਹਦੇ ਨੇ ਚੱਲ 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 ਮੇਰੇ ਕੋਲ ਚੱਲ ਦੇਖੀ ਮਾਹੌਲ ਚੱਲ ਕੀ ਆ ਚੱਲ ਓਹੋ ਕੜਾਕੇ ਦਾ ਧੁੱਪ ਲੱਗੀ ਹੋਈ ਮਿੱਤਰੋ ਕਿਤਨੀ ਲੜਕੀ ਸੇ ਬਾਤ ਕਰਤਾ ਹੈ ਹੈ ਸ਼ਾਦੀ ਹੁਆ ਸ਼ਾਦੀ ਨਹੀਂ ਹੁਆ ਫਿਰ ਕਿਤਨੀ ਲੜਕੀ ਸੇ ਬਾਤ ਕਰਤਾ ਹੈ ਇੰਨਾ ਪ੍ਰਭਾਵ ਰੱਖਿਆ ਸੀ ਗੁਰੂ ਨਹੀਂ ਜੇ ਐਟੀਟਿਊਡ ਹਮੇ ਚਾਹੀਏ ਐਸਾ ਐਟੀਟਿਊਡ ਚਾਹੀਏ ਹਮਾਰਾ ਇੱਕ ਆਦਮੀ ਹੈ ਸ਼ੇਰਾ ਉਸਸੇ ਆਪਕੋ ਮਿਲਾਏਂਗੇ ਆਪ ਉਸਕੋ ਬਤਾਨਾਗੇ ਵੀ ਐਸੇ ਰੱਖਣਾ ਹੈ ਉਹ ਥੋੜ੍ਹਾ ਜਿਹਾ ਨਾ ਉਹ ਥੋੜ੍ਹਾ ਸਾ ਐਸਾ ਆਦਮੀ ਹੈ ਵੋ ਨਾਲਾ ਛੇਤੀ ਡੀਲਾ ਕਰ ਜਾਤਾ ਹੈ
ਉਸਕੋ ਸਮਝਾਣਾ ਹੈ ਅੱਜ ਉਹ ਆਨੇ ਵਾਲਾ ਕੀ ਨਾਮ ਸੱਚ ਦਾ ਐਟੀਟਿਊਡ ਪੂਰਾ ਹੈ ਯਾਰ ਐਡੀ ਮੋ ਚਾਰ ਹੁਣ ਪਰ ਰਿਪਲਾਈ ਨਹੀਂ ਕਰਦਾ ਰਿਪਲਾਈ ਨਹੀਂ ਕਰਦਾ ਹਨਾ ਬਾਵੇ ਤੈਨੂੰ ਵਧਾਈ ਹੋਵੇ ਮੁੰਡਾ ਆਇਆ ਤੇ ਇਹਨੇ ਵੀ ਚੋਰੀ ਤੇ ਰੱਖਣਾ ਕਿਤੇ ਅਸੀਂ ਤਾਂ ਹੀ ਰਿਵੀਲ ਕਰਤਾ ਜੀ ਲਓ ਵੀ ਬਾਬਾ ਵਿਆਹ ਤੇ ਮੁੰਡਾ ਬਾਬੇ ਤੇ ਹੋ ਗਿਆ ਡੱਬਾ ਲੈ ਕੇ ਬਾਬਾ ਆਇਆ ਜੇ ਗੁਲਾਬ ਜਿਹਾ ਨੂੰ ਕਾਲੇ ਦੇ ਚਿੱਟੇ ਰਸਗੁੱਲੇ ਨਾਲ ਹੈ ਮਿੱਤਰਾਂ ਉੱਤੇ ਵਾਲਾ ਕੰਮ ਤੇ ਟੈਲਾਂ ਦਾ ਹੋ ਗਿਆ ਜੀ ਓਕੇ ਰਿਪੋਰਟ ਤੇ ਪੱਥਰ ਲਾਉਣ ਡੇ ਸੀ ਆਹ ਵੀ ਚੀਜ਼ ਇਹਨਾਂ ਨੇ ਕਰਤੀ ਜੀ ਮਿੱਤਰ ਓਕੇ ਰਿਪੋਰਟ ਇੱਥੇ ਆਪਣੀਆਂ ਬਾਰੀਆਂ ਨੇ ਇੱਥੇ ਪੱਥਰ ਆਪਾਂ ਲਾਤਾ ਅਤੇ ਇੱਥੇ ਵੀ ਪੱਥਰ ਲਾਤਾ ਜੀ ਸਾਰੇ ਘਰ ਦੇ ਜਿੰਨੇ ਵੀ ਹੈ ਨਾ ਜਿੱਥੇ ਪਾਵੇ ਲੱਗਣੇ ਸਾਰਿਆਂ ਦੇ ਪੱਥਰ ਲਾਤਾ ਜੀ ਮਤਲਬ ਕੰਮ ਮੁੰਡਿਆਂ ਨੇ ਬਾਬਾ ਹੀ ਖਿੱਚਿਆ ਪਿਆ ਇੱਥੋਂ ਤੱਕ ਕਿ ਬਾਥਰੂਮ ਦੀਆਂ ਜਿਹੜੀਆਂ ਵਿੰਡੋ ਆਈਆਂ ਉਹਨਾਂ 'ਚ ਵੀ ਪੱਥਰ ਲੱਗ ਗਿਆ ਜੀ ਮਤਲਬ ਕਿ ਜੇ ਆਪਾਂ ਹਫ਼ਤਾ ਘਰੋਂ ਬਾਹਰ ਰਹੇ ਤਾਂ ਕੰਮ ਮੁੰਡਿਆਂ ਨੇ ਬਾਬਾ ਹੀ ਖਿੱਚਿਆ ਸਾਰੇ ਪਾਸੇ ਲਾਤਾ ਉੱਤੇ ਜਿਹੜਾ ਥੱਲੇ ਵਾਲੇ ਫਲੋਰ 'ਤੇ ਇਹਨਾਂ ਨੇ ਕੰਪਲੀਟ ਉਦੋਂ ਕਰਤੇ ਸੀ ਜਦੋਂ ਆਪਾਂ ਜਾਣਾ ਸੀ ਮਾੜੇ ਮੋਟੇ ਜਿਹੜੇ ਕੰਮ ਰਹਿ ਗਏ ਸੀ ਆਵੇ ਇਹਦੇ ਵਿੱਚ ਡਬਲ ਇੱਧਰ ਵੀ ਮਤਲਬ ਕੰਮ ਇਹਨਾਂ ਨੇ ਖਿੱਚਿਆ ਪਿਆ ਬਾਬਾ ਜੀ ਪਰਲੇ ਪਾਸੇ ਵੀ ਸਾਰਾ ਹੀ ਮਤਲਬ ਕਿ ਉੱਤੇ ਦਾ ਪੀ ਓ ਪੀ ਦਾ ਜਿਹੜੇ ਮਾੜੇ ਮੋਟੇ ਜਿਹੇ ਟਚਿੰਗ ਮਸ਼ੀਨ ਵਾਲਾ ਕੰਮ ਰਹਿ ਗਿਆ ਪੀ ਓ ਪੀ ਵੀ ਡਨ ਹੈ ਸਿਰਫ ਆਹ ਰਹਿ ਗਿਆ ਅਤੇ ਇੱਕ ਹੋਰ ਹੈਗਾ ਜਿਹੜਾ ਰਿਪੇਅਰ ਕਰਨ ਵਾਲਾ ਉਹ ਅਸੀਂ ਤੋੜਿਆ ਸੀ ਇੱਕ ਉਹ ਪਰਲੀ ਨੂੰ ਕਰਦੇ ਆ ਇੱਧਰ ਵੀ ਡਨ ਹੈ ਕੰਮ ਇਸ ਤੋਂ ਬਾਅਦ ਹੁਣ ਆਪਾਂ ਅਗਲਾ ਆਪਣਾ ਹੈਗਾ ਕੰਮ ਲਾਈਟਿੰਗ ਦਾ ਉਹ ਸ਼ੁਰੂ ਕਰਾਵਾਂਗੇ ਦੋ ਕੁ ਹਫ਼ਤੇ ਤੱਕ ਐਂ ਕਰਾਂ ਸਾਰਾ ਕੰਮ ਏ ਟੂ ਜੈੱਡ ਜਦੋਂ ਸਾਨੂੰ ਇਹ ਬੰਦੇ ਵਾਲਾ ਔਡਰ ਆ ਗਿਆ ਨਾ ਕਿ ਮੈਂ ਤੋਂ ਵਿਹਲਾ ਹਾਂ ਉੱਥੇ ਤੋਂ ਸ਼ੁਰੂ ਕਰ ਸਕਦੇ ਫਿਰ ਆਪਾਂ ਨਵੇਂ ਬੰਦੇ ਵਾੜਨੇ ਇਹ ਤੋਂ ਬਾਅਦ ਆਵੇ ਇੱਧਰ ਵੀ ਲਾਤਾ ਪੱਥਰ ਆਵੇ ਤਕਰੀਬਨ ਸਾਰੇ ਕਿਤੇ ਡਨ ਆ ਓਕੇ ਰਿਪੋਰਟ ਕਰਾ ਰਹੀ ਬੰਦਿਆਂ ਨੇ ਐਟੀਟਿਊਡ ਬੁਆਏ ਨਾ ਰੱਖਿਆ ਤਾਂ ਵਿਆਹ ਕਿੱਦਾਂ ਕਰਾ ਲੂਗਾ ਹੈਂ ਮੇਰੀ ਗੱਲ ਸੁਣ ਤੇਰਾ ਪ੍ਰਭਾਵ ਪੂਰਾ ਵਾ ਇਹਨਾਂ ਨੂੰ ਕੋਈ ਮਤ ਦੇ ਜਾ ਦੋਵਾਂ ਨੂੰ ਇਹ ਕੁੜੇ ਤਿਰਕੋ ਭੇੜੀ ਲਈ ਜਾਂਦੇ ਆ ਉਹ ਤੁਸੀਂ ਰੱਜਦੇ ਨਹੀਂ ਹੋਏ ਤੇਰੇ ਸਾਲ ਦਸ ਦਿਨ ਮੁੰਡੇ ਹੋਏ ਨਾ ਤੂੰ ਰੱਜਦਾ ਨਹੀਂ ਹੈਂ ਦੱਸਦਾ ਨਹੀਂ ਉਹ ਤੇ ਗੁਰੂਆ ਪਹਿਲਾ ਪ੍ਰਭਾਵ ਇਹ ਬੰਦੇ ਦਾ ਹੈ ਜੈ ਕਰਾਈ ਆ ਐਟੀਟਿਊਡ ਰੱਖਿਆ ਉਹਨੇ ਹੈਂ ਪ੍ਰਭਾਵ ਹੈ ਯਾਰ ਦਾ ਯਾਰ ਆ ਉਹ ਯਾਰੋਂ ਕੇ ਯਾਰ ਹੈ ਹੈ ਨਾ ਲੜਕੀ ਨਹੀਂ ਚਾਹੀਏ ਐਸੀ ਬਾਤ ਹੈ ਨਾ ਮੇਰੇ ਕੋਲ ਸਮਝਾ ਮੈਂ ਦੱਸਣ ਤਾਂ ਰਿਹਾ ਤੁਹਾਡੇ ਵਾਲਾ ਕੰਮ ਥੋੜ੍ਹੀ ਆ ਭੈਣ ਕਦੇ ਕਿਸੇ ਪਿੱਛੇ ਮੁਸ਼ਕਿਲ ਫਿਰਦੇ ਕੁੜੀ ਹੋਵੇ ਵੇਲਾ ਹੋਵੇ ਕੰਮ ਇਹਨਾਂ ਦੇ ਸਹੀ ਬਾਤ ਹੈ ਕੁਛ ਨੀ ਹਾਲ ਤੁਹਾਡੇ ਤੋਂ ਪ੍ਰਵਾਸੀ ਚੰਗੇ ਆ ਦੱਸਦਾ ਨੀ ਤੁਹਾਡਾ ਤਾਂ ਹਾਲ ਪ੍ਰਵਾਸੀ ਤੋਂ ਮਾੜਾ ਪਿਆ ਉਹ ਫਿਰ ਚੰਗੇ ਆ ਹਾਂ ਨਹੀਂ ਗੱਲ ਸਹੀ ਆ ਦੀਦੀ ਆਹੋ ਚੱਲੀ ਚਾਹ ਢਾਡੀ ਨੀ ਆਈ ਅੰਕਲ ਦੀ ਆ ਉਹ ਕੁੜੀ ਆ ਕੰਮ ਦੇ ਹੱਕ ਨੀ ਆਪਾਂ ਹੈਗੇ ਲੈ ਵੀ ਥੱਲੇ ਦੇ ਪੀ ਓ ਪੀ ਵਾਲਾ ਕੰਮ ਹੀ ਖਿੱਚੀ ਆਉਂਦੇ ਮੁੰਡਿਆਂ ਨੇ ਆਹ ਡਿਜ਼ਾਇਨ ਮੈਨੂੰ ਬੜਾ ਸੋਹਣਾ ਲੱਗਾ ਮਰਿਆ ਸਿੰਪਲ ਜਿਹਾ ਉਹ ਹਜੇ ਸੁੱਕਣ ਡਿਆ ਵੈਸੇ ਅਜੇ ਗਿੱਲਾ ਮਿੱਠਾ ਜਿਹਾ ਖਿੱਚੀ ਆਉਂਦੇ ਬੰਦੇ ਕੰਮ ਨੂੰ ਚਾਹ ਪੀ ਲਓ ਭਾਈ ਉਹ ਤੇਰਾ ਬੜਾ ਜੇ ਕੀ ਹਾਲ ਆ ਠੀਕ ਠਾਕ ਹੈ ਬੜੀਆ 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 ਤੈਨੂੰ ਕੁੜੀਆਂ ਸੁੱਤੀਆਂ ਹੁੰਦੀਆਂ ਕੁਛ ਨਹੀਂ ਹਾਲ ਬਾਵਾ ਕਰਾ ਲਓ ਹੈ ਕੁੜੀਆਂ ਕੁੜੀਆਂ ਕਰੀ ਜਾਂਦਾ ਹੈ ਕਿਤੇ ਪੁੜੀਆਂ ਪੁੜੀਆਂ ਕਰਦੀ ਤਾਂ ਸਾਡਾ ਭੇਤੀ ਹੋਗਾ ਤੁਹਾਨੂੰ ਨਹੀਂ ਕੁਛ ਹੁੰਦਾ ਪ੍ਰਧਾਨ ਪਹਿਲਾਂ ਡਰਦੇ ਹੁਣ ਚਾਹ ਕਰਦਾ ਪੂਰਾ ਹੈ ਨਾ
ਪ੍ਰਧਾਨ ਪ੍ਰਧਾਨ ਯਾਰ ਬਣ ਗਏ ਤੇਰੇ ਹਨਾ ਇਹ ਲਿਖੀਆਂ ਤੇ ਨਾਲ ਲੈਣ ਤੈਨੂੰ ਮਨੇ ਮੰਜੇ ਆਏ ਨੀ ਆਪਣੇ ਯਾਰ ਮੰਜੇ ਮੰਗਾਏ ਨਵੇਂ ਬਾਪ ਹੋਣੀ ਆਉਂਦੇ ਆ ਸੱਤ ਲੈ ਬੰਦਾ ਆਪਣਾ $45 $45 ਦਾ ਲਾ ਲਾ ਸਾਹ 3000 ਰੁਪਇਆ ਗੇ ਤੇ ਬਾਬੇ ਹੋਣਾ 300 ਮਾ ਦੇਣਾ ਤੁਸੀਂ ਇੱਥੇ ਜ਼ਿਆਦਾ ਬਣਦੇ ਤੇਰੀ ਗੱਲ ਨੀ ਕਰਨੀ ਤੇਰੀ ਗੱਲ ਕੀ ਕਰਨੇ ਤੁਹਾਡੇ ਉਹ ਵੀ ਸਾਦੇ ਜਿਹੇ ਤਰ੍ਹਾਂ ਮੈਂ ਵਾਤ ਤੇ ਤੂੰ ਨਹੀਂ ਨਹੀਂ ਲਾਈਨੇ ਗਾ ਤੇਰੇ ਹੁਣ 45 ਜੇ ਪੂਰੇ ਟੌਪ ਦੇ ਕਰਾਉਣੇ ਫਿਰ ਤੇ ਤੂੰ ਐ 5-700 ਵੀ ਉਧਰ ਦਾ ਥੋੜਾ ਮਰਜ਼ੀ ਲੈ ਜਾ ਜੇ ਤੁਹਾਡੇ ਦੇ ਵੱਖਰੇ 5-5 ਗਾਂ ਵਧੀ ਜਾਂਦੇ ਅੱਛਾ ਤੇ ਉਹ ਮਾਪ ਬੈਠੇ ਮੰਨੇ ਅਰਗੇ ਇੱਕ ਜਾਂਦੇ ਇਧਰ ਕਿਹੜੇ 2 ਮਹੀਨੇ ਲਾ ਕੇ ਚੱਲ ਕਈ ਚੀਜ਼ ਦੋ ਚਾਰ ਇਧਰ ਤੇ ਗੁੱਡਾ ਤੇ ਕੇ ਮਾਪਾ ਨਾ 6 ਪੁਆਇੰਟ ਦੇ ਬਾਹਰ ਕਰ ਉੱਤੇ ਕਲੋਕਾ ਵਿਚਾਰੇ ਦਾੜੀ ਕੱਟਣਾ ਟਾਈਮ ਹੀ ਨਹੀਂ ਆ ਉਦੋਂ ਬਾਅਦ ਆਪੇ ਲਾ ਕੇ ਕਰੀਮ ਜੀ ਦੇ ਚੱਲ ਟੂਬ ਲਾ ਕੇ ਫਿਰ ਉਸ ਤਰ੍ਹਾਂ ਫਿਰ ਰਹਿੰਦੇ ਟਾਈਮ ਹੀ ਨਹੀਂ ਆਪਾਂ ਨਾ ਦਾੜੀ ਕਿਉਂ ਕਟਾਉਂਦੇ ਉੱਧਰ ਜਿਹੜਾ ਜਿਹੜਾ ਮਸ਼ੀਨ ਦਾ ਇਲਾਜ ਉਸ ਤਰ੍ਹਾਂ ਫੜਾਉਣ ਦਾ ਭਾਵੇਂ ਬਾਹਰ ਰੱਖੇ ਆ ਉਸ ਤਰ੍ਹਾਂ ਕੰਮ ਟਾਈਮ ਹੀ ਨਹੀਂ ਆ ਨਹੀਂ ਕੰਮ ਕੰਮ ਕਰਕੇ ਕੰਮ ਦਾ ਵਿਚਾਰੇ ਨੂੰ ਜ਼ਿਆਦਾ ਆਉਂਦਾ ਮੰਨੇ ਅਰਗੇ ਸਿੱਖ ਕੇ ਆਹੋ ਦੁਆ ਦੇ ਨਾਲ ਦੁਕਾਨ ਦੁਕਾਨ 'ਚ ਬਹਿ ਕੇ ਕੁਰਸੀ ਤੇ ਬਹਿ ਜਾਂਦੇ ਆ ਜੋ ਵਿਚਾਰੇ ਦੂਜੇ ਹਜੇ 2 ਮਹੀਨੇ ਲਾ ਕੇ ਫੋਨ ਕਰਦੇ ਆ ਜਾ ਕੋਈ ਨਹੀਂ ਇੱਥੇ ਅਸਲ ਕਮਲੇ ਲੱਗੇ ਟੁੰਡਰੀ ਵਖੀ ਤੁਸੀਂ ਉਸ ਵਾਲੇ ਡਾਇਟ ਤਿਆਰ ਪਰ ਤਿਆਰ ਜੇ ਆਪਣੀ ਬਾਪੂ ਨੀ ਆ ਗਏ ਜੇ ਪੁਰਾਣੀ ਫਾਰਮ ਚ ਲਾਈ ਫਿਰਦੀ ਪਾਈ ਫਿਰਦੀ ਨਿਕਰ ਟੀ ਸ਼ਰਟ ਕੌਣ ਲੈ ਗਏ ਬੱਚੇ ਜੀ ਗੱਡੀ ਹੋ ਗਿਆ ਜਾ ਵੀ ਗਿਆ ਜੀ ਨਿਆਣੇ ਨੂੰ ਗੱਡੀਆਂ ਗੱਡੀਆਂ ਹੋ ਪਈਆਂ ਬਹੁਤ ਬਹੁਤ ਮੁਬਾਰਕ ਘਰ ਮੈਨੂੰ ਨਵੀਂ ਗੱਡੀ ਦੀਆਂ ਉਹ ਅੱਛਾ ਪਹਿਲਾਂ ਮੁਬਾਰਕ ਦਿੱਤੀਆਂ ਅੱਛਾ 20 ਰੁਪਏ ਹੁਣ ਓਕੇ ਓਕੇ ਗਾਡੀ ਚਿਰ ਬਣ ਗਾਲ ਤੇ ਗਾਡੀ ਕਹਿੰ ਗਈ ਹੈ ਅੰਦਰ ਵਾਲੀ ਹਤੂੜੀ ਵਾਲੇ ਹੈ ਕੁਰਸੀ ਕੋਰ ਫੜ ਲਿਓ ਮਾਜੇ ਮੈਂ ਤੁੜੀ ਅੰਦਰ ਵਾਲੀ ਤੇਰਾ ਗੱਲ ਇਦਾਂ ਵਾ ਰੋਟੀ ਪਾਣੀ ਲਿਆ ਜੇ ਸ਼ਗ ਤੇ ਅਸੀਂ ਕਰਨ ਲੱਗੇ ਹੁਣ ਬੰਦੇ ਨਾਲ ਪ੍ਰੈਂਕ ਪ੍ਰੈਂਕ ਵੀ ਕਹਦਾ ਵਾ ਇਹਨੂੰ ਮੈਂ ਕਿਹਾ ਮੈਂ ਵਾਲਾਂ ਨੂੰ ਰੰਗ ਨਾ ਕਰਾਈ ਓਏ ਤੇਰੇ ਮੈਂ ਵਾਲ ਤੇਰੇ ਕੱਟ ਦੇਣੇ ਤੇ ਟੈਨੀ ਕੱਢ ਦੇਣੀ ਆ ਉਹ ਕੰਮ ਕੀਤਾ ਇਹਨੇ ਕਰਾ ਲਿਆ ਰੰਗ ਵਾਲਾ ਨੂੰ ਅਤੇ ਅੱਜ ਬਾਬਾ ਵੀ ਆ ਕੇ ਬੈਠਾ ਆ ਅਤੇ ਬਾਪੂ ਹੋਣਾ ਨੇ ਕਟਿੰਗ ਕੁਟਿੰਗ ਕਰਾਉਣੀ ਉਹਨਾਂ ਲਈ ਕਰਾ ਮਾਂ ਪਿਓ ਵੀ ਆ ਗਿਆ ਗੁਰਵੀਰ ਨੇ ਸਾਰੇ ਆ ਕੇ ਬੈਠੇ ਬਾਹਰ ਗੱਲ ਕਹਦੀ ਆ ਇਹ ਮਨ ਲੈਣੀਆਂ ਬਾਹਾਂ ਫੜ ਕਾਬੂ ਕਰਨਾ ਪੈਣਾ ਜੇ ਭੱਜ ਗਿਆ ਫਿਰ ਨਹੀਂ ਕਾਬੂ ਨੇ ਆਉਣਾ ਕੁਰਸੀ 'ਤੇ ਬੈਠਾ ਪਿਆਰ ਨਾਲ ਬਾਹਾਂ ਫੜ ਕੇ ਕਹਿਣਾ ਮਸ਼ੀਨ ਫੇਰ ਦਿਉ ਹੋਰ ਕਿਹਨੇ ਮਸ਼ੀਨ ਫੇਰੀ ਫਿਰ ਇਹਨੇ ਕਰਨਾ ਗੁੱਸਾ ਇਹ ਸਾਰਾ ਕੰਮ ਮੈਨੂੰ ਆਪ ਨੂੰ ਕਰਨਾ ਪੈਣਾ ਆ ਜਾਓ ਫਿਰ ਉਹਨਾਂ ਦਾ ਮਾਹੌਲ ਬਾਪੂ ਆਇਆ ਪਿੰਡ 'ਚ ਚੰਗਾ ਮਾਹੌਲ ਬਣ ਰਿਹਾ ਜੀ ਉੱਦਾਂ ਦਾ ਹੋ ਬੰਦਾ ਕਰਾਉਣੇ ਵਾਲ ਬਾਬੇ ਨਾਲ ਆਉਂਦਾ ਡਿਊਟੀ ਸਾਂਭਲੀ ਆਪਣੀ ਹੈ ਮਹਾਂਵੀਰ ਦੇ ਕਟਾਉਣੇ ਤੂੰ ਅੱਗੇ ਮਾੜੀ ਕੀਤੀ ਮੇਰੀ ਦਾੜੀ ਤੂੰ ਟੋਚੇ ਲਾ ਦੇ ਪਾਸੇ ਮੈਂ ਕਿਸੇ ਲਈ ਖਰਾਬੀਆਂ ਕਰ ਦਿੰਦਾ ਨਾ ਹੈਂ ਦੱਸਦਾ ਨਹੀਂ ਵੇਲਾ ਕਿੰਨੇ ਬੰਦੇ ਲਾਵੇ ਮਹਾਂਵੀਰ ਦਾ ਲਾਵਾਂ ਮੇਰਾ ਲਾਵਾਂ ਕਿੰਨੇ ਬੰਦੇ ਦਾ ਲਾਵਾਂ ਹੈਂ ਇੱਕ ਬੰਦੇ ਨੇ ਨਾ ਬਾਪੂ ਮੇਰੀ ਗੱਲ ਨਹੀਂ ਮੰਨੀ ਭਰਾ ਆਪਣਾ ਕੋਈ ਉਹਨੇ ਮੇਰੀ ਗੱਲ ਨਹੀਂ ਮੰਨੀ ਅਤੇ ਮੈਂ ਸੋਚਣ ਡਿਆ ਕਿ ਉਹਨੇ ਜੇ ਗੱਲ ਨਹੀਂ ਮੰਨੀ ਸਜ਼ਾ ਮਿਲਣੀ ਚਾਹੀਦੀ ਆ ਹਨਾ ਕਿਉਂ ਮੰਨਿਆ ਗੱਲ ਹੈਗੀ ਨਾ ਕੋਈ ਬੰਦਾ ਹੈ ਆਪਣਾ ਯਾਰ ਦੋਸਤ ਸੀ ਨਹੀਂ ਇਹ ਤਾਂ ਹੁਣ ਮੈਂ ਇਹ ਤੁਸੀਂ ਸੋਚ ਲਓ ਕਿੰਨੇ ਨਹੀਂ ਮੰਨੀ ਤੇਰੇ 'ਚ ਵੀ ਕਾਣੋ ਹੋ ਗਈ ਕਿਸੇ ਨੇ ਗੱਲ ਨਹੀਂ ਮੰਨੀ ਅਤੇ
ਸੁੱਜ ਗਈ ਆ ਰੱਬ ਜਾਣੇ ਕਿਹਨੂੰ ਕਿਹਨੂੰ ਸੁੱਜ ਗਈ ਆ, ਕਿਹਨੇ ਕਿਹਨੇ ਗੱਲ ਨਹੀਂ ਮੰਨੀ ਹੁਣ ਹੈ। ਸਰਪੰਚਾ ਹੁਣੇ ਕੈਮਰਾ ਤੂੰ ਫੜ ਲਿਆ ਵਾ, ਗੱਲ ਨਹੀਂ ਮੰਨੀ ਆਪਣੇ ਕਿਸੇ ਭਰਾ ਨੇ, ਬਾਪੂ ਕਹਿੰਦੇ ਚੋਰ ਨੂੰ ਆਪਣਾ ਪਲਾ ਮੈਨੂੰ ਸਮਝਾਇਆ ਸੀ ਗੁਰੂ ਕਾ ਚੀਰ ਜੇ ਬੰਦਾ ਖਾਕੀ ਕਰਾ ਲੇ, ਬੰਦਾ ਕਾਲਾ ਕਰਾ ਲੇ, ਬੰਦਾ ਭੂਰਾ ਕਰਾ ਲੇ, ਰੰਗ ਬਿਰੰਗੇ ਰਾਏ ਕੁੱਕੜ ਦੇ ਖੰਭੇ ਲੱਗਦੇ ਕੁੜੀ ਆਵੇ ਲੈ ਵੀ ਮਿੱਤਰਾ ਮੁੰਡਨ ਗੱਟਪਾ ਅਗਲੇ ਸਾਲ ਪੱਕੀ ਡੰਡਾ ਕਟਾਵਾਂਗੇ, ਪੱਕੀ ਗੱਲ ਹੀ ਪਾਵੇ ਪੱਕਾ ਜਮਾ ਇੱਦਾਂ ਦਾ ਨਾ।
ਕੱਟ ਜੇ ਪਵਾ ਕੇ ਨਾ ਜਮਾ ਹੁਣ ਹੁਣ ਵੇਖ ਕੇ ਰੰਗ ਕਿਹੜਾ ਕਰਾਉਣਾ ਮੈਨੇ ਦੱਸ ਬਾਬੇ ਨੂੰ ਜਿਹੜਾ ਕਿਉਂ ਕਰਾ ਦਿੰਦੇ ਮੈਂ ਤੈਨੂੰ ਪਹਿਲਾਂ ਕਿਹਾ ਮੈਂ ਕਿਹਾ ਰੰਗ ਬਰੰਗੀ ਨਾ ਕਰਾਈ ਪਰ ਕੁਝ ਖਾ ਕੇ ਜੀ ਭੁੱਖ ਜੀ ਲੱਗ ਗਈ ਲੈ ਵੀ ਮੰਨੇ ਨਾ ਤੇ ਆਪਾਂ ਕਰਤਾ ਜੇ ਓਕੇ ਰਿਪੋਰਟ ਕੰਮ ਗਾਹ ਤੂੰ ਨਹੀਂ ਕਰਾਉਂਦਾ ਵਾਲ ਜੇ ਕਰਾਊਗਾ ਤਾਂ ਫਿਰ ਇੱਦਾਂ ਕਰਾਂਗਾ ਮੈਂ ਵੀ ਸਰਪੰਚ ਨੇ ਗਿਆ ਸੀ ਸ਼ਹਿਰ ਨੂੰ ਖਾਣ ਪੀਣ ਦਾ ਸਮਾਨ ਲੈ ਕੇ ਆਏ ਇੱਕ ਤਾਂ ਗੁਰੂਆ ਇਹਨਾਂ ਨੇ ਬੜੀ ਚੀਕ ਚੜਾ ਪਾਇਆ ਪਰ ਕੀ ਕਰ ਸਕਦੇ ਹਾਂ ਇਹ ਕੰਮ ਚੱਲਣਾ ਹੁਣ ਦੋ ਤਿੰਨ ਸਾਲ ਇੱਦਾਂ ਹੀ ਚੱਲ ਬੇ ਭਾਈ ਮੋੜ ਗਾੜੀ ਚੱਲੀਏ ਰਬਣ ਚੱਲੀਏ ਮਿੱਤਰਾ ਪਾਤੀ ਚੱਲੇ ਯਾਰ ਉਹਨਾਂ ਨੇ ਜਿੰਮ ਨੂੰ ਅਤੇ ਗੱਲ ਕਰਦੀ ਮਿੱਤਰੋ ਜਿੰਮ ਲਾ ਕੇ ਆ ਕੇ ਇੱਕ ਤਾਂ ਆਪਾਂ ਕਰਨਾ ਆਪਣਾ ਫੋਟੋ ਸ਼ੂਟ ਅਤੇ ਇੱਕ ਅਸੀਂ ਸੋਚਣ ਡੇ ਅਸੀਂ ਬੂਟੇ ਲਾਉਣੇ ਆ ਉਹ ਆਪਾਂ ਲਾਉਣੇ ਆ ਅਤੇ ਫਿਰ ਨਾਲੇ ਸ਼ਾਮੀ ਬਾਪੂ ਉਹਨਾਂ ਦਾ ਬਣਾਵਾਂਗੇ ਮਾਹੌਲ ਰੌਣਕ ਪਹਿਲਾਂ ਕਰਾਂਗੇ ਇੱਕ ਆਪਣਾ ਹੈਗਾ ਕੱਲ੍ਹ ਕਹਿੰਦੇ ਆ ਫੋਟੋ ਸ਼ੂਟ ਵੀ ਇੱਦਾਂ ਦਾ ਕੋਟ ਪਿੰਡ ਜੇ ਪਾ ਕੇ ਫੋਟੋ ਸ਼ੂਟ ਆਪਾਂ ਕਰਵਾਉਂਦੇ ਹਾਂ ਅਰਸਾ ਵਾਲੀ ਉਹ ਆਪਣਾ ਸ਼ੂਟ ਹੈ ਕੱਲ੍ਹ ਨੂੰ ਦੇਖ ਕਰਕੇ ਮੈਂ ਮਾੜੀ ਟਚਿੰਗ ਮਚਿੰਗ ਕਰਵਾ ਲਈ ਆ ਅਤੇ ਰੂਬੀ ਕੋਲ ਦਾ ਨੰਬਰ ਲੱਗਣ ਵਾਲਾ ਰੂਬੀ ਕੋਲ ਆਪਾਂ ਕੱਢਣੀ ਗੱਲ ਨੂੰ ਬੜੇ ਵੀਰ ਮੈਨੂੰ ਕਹਿੰਦੇ ਬਾਈ ਉਹ ਵੀ ਕੱਢ ਦਿਉ ਮੈਨੇ ਕੱਲ੍ਹ ਨੂੰ ਕੱਢਾਂ ਕੱਲ੍ਹ ਅਸੀਂ ਜਾਣਾ ਦੂਰ ਥੋੜ੍ਹਾ ਲੰਮਾ ਵਾ ਸਫ਼ਰ ਪਰ ਰਾਣੀ ਸੁੰਦਰ ਜਿਹੜੀ ਸਾਡੀ ਉਹ ਪੈਦਾ ਵਾਹਵਾ ਕੱਢਦੀ ਆ ਕੱਲ੍ਹ ਨੂੰ ਕੱਢਾਂਗੇ ਰਾਣੀ ਸੁੰਦਰਾਂ ਨੂੰ ਧੋਣਾ ਆਪਾਂ ਚੜੀ ਤੋਂ ਪਹਿਲਾਂ ਹਰਮਨ ਘਰੋਂ ਹੋ ਗਈ ਜਾਣਾ ਪੈਣਾ ਕਹਿੰਦਾ ਮੇਰੇ ਹੈੱਡਫੋਨ ਰਹਿ ਗਏ ਅਤੇ ਹੈੱਡਫੋਨਾਂ ਤੋਂ ਬਿਨਾਂ ਜਿੰਮ ਲਾਉਂਦਾ ਮਜ਼ਾ ਨਹੀਂ ਆਉਂਦਾ ਵਧੀਆ ਵਧੀਆ ਗਾਣੇ ਲੱਗੇ ਹੋਣ ਕਿਤੇ ਬੰਦਾ ਜਿੰਮ ਥੋੜ੍ਹਾ ਠੋਕੇ ਲਾ ਲੈਂਦਾ ਪਰ ਜਦੋਂ ਦੋ ਜਣੇ ਚਲੇ ਜਾਈਏ ਨਾ ਪਰ ਗਾਣੇ ਸੁਣੇ ਨਹੀਂ ਜਾਂਦੇ ਫਿਰ ਕੋਈ ਨਾ ਕੋਈ ਗੱਲਬਾਤ ਛੇੜ ਲਈ ਆਊਟ ਹੋ ਗਿਆ ਜੀ ਓਕੇ ਰਿਪੋਰਟ ਅੱਜ ਹੈਗਾ ਸੀ ਬਾਈਸੈਪ ਦਾ ਉਹਦੇ ਨਾਲ ਬੈਗ ਦਾ ਚੱਲੀਏ ਘਰੇ ਖਾਈਏ ਡਾਈ ਡਿਊਟ ਜਾ ਕੇ ਵਰਕਆਊਟ ਲਾ ਕੇ ਤਾਂ ਯਾਰ ਨੂੰ ਚੱਲੀ ਘਰ ਨੂੰ ਜਾ ਕੇ ਰੋਣਾ ਆਪਾਂ ਆਪਣਾ ਮੀਲ ਖਾਈਏ ਭੁੱਖ ਬੜੀ ਲੱਗੀ ਹੈ ਬਹੁਤ ਜ਼ਿਆਦੀ ਭੁੱਖ ਵਰਕਆਊਟ ਲਾ ਕੇ ਮੜਕਾ ਜਾਂ ਨਿਕਲ ਜਾਂਦਾ ਨਾ ਲਾਲੀਆਂ ਭਗਦੀਆਂ ਬਹੁਤ ਇਹ ਕਹਿੰਦੇ ਆ ਨਾ ਕਿ ਵਰਕਆਊਟ ਕਰਨਾ ਚਾਹੀਦਾ ਸਰੀਰ ਨੂੰ ਟਾਈਮ ਦੇਣਾ ਚਾਹੀਦਾ ਅਤੇ ਸਰੀਰ ਨਾਲ ਪਿਆਰ ਵੀ ਕਰਨਾ ਚਾਹੀਦਾ ਆਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ ਬੰਦੇ ਨੂੰ ਜਦੋਂ ਦੂਜੇ ਨਾਲ ਪਿਆਰ ਕਰਦੇ ਹਾਂ ਆਪਾਂ ਤਾਂ ਫਿਰ ਆਪਾਂ ਨੂੰ ਧੋਖਾ ਮਿਲਦਾ ਫਿਰ ਆਪਾਂ ਚੀਕਦੇ ਹਾਂ ਇਹਨੇ ਚੰਗਾ ਪਹਿਲ ਆਪਣੇ ਆਪ ਨੂੰ ਦਿਉ ਆਪਣੇ ਆਪ ਨੂੰ ਜਦੋਂ ਬੰਦਾ ਪਿਆਰ ਕਰਨ ਲੱਗ ਪੈਂਦਾ ਫਿਰ ਆਪਣੇ ਆਪ ਦਾ ਬੰਦਾ ਧਿਆਨ ਰੱਖਦਾ ਵਧੀਆ ਲੀੜਾ ਕੱਪੜਾ ਪਾਓ ਜਿੰਨੇ ਕੁ ਤੁਸੀਂ ਪੈਸੇ ਕਮਾਉਂਦੇ ਉਹਦੇ ਹਿਸਾਬ ਨਾਲ ਜ਼ਿਆਦਾ ਵੱਡੇ ਫੈਨ ਲੈਣੇ ਬਾਅਦ 'ਚ ਫਿਰ ਡਿਪਰੈਸ਼ਨ 'ਚ ਜਾਂਦੇ ਬੰਦੇ ਇਹ ਕਰਕੇ ਅੱਡੇ ਫਾਈ ਉਨੇ ਹੀ ਲੈਣੇ ਜਿੰਨੇ ਕੁ ਆਪਾਂ ਚੱਲ ਸਕਦੇ ਹਾਂ ਮੇਨ ਗੱਲ ਫਿਰ ਉੱਥੇ ਆ ਜਾਓ ਘੁੰਮ ਕੇ ਆਪਣੇ ਆਪਣਾ ਪਿਆਰ ਕਰੋ ਜਿੰਮ ਲਾਓ ਖੁਰਾਕ ਖਾਓ ਕਿਹੜਾ ਕੱਪੜਾ ਸੋਹਣਾ ਪਾਓ ਮਿੱਤਰਾ ਪਹੁੰਚ ਗਈ ਕਰੇ ਗੱਡੀ ਅੰਦਰ ਲਵੇ ਰਮਣਾ ਭੁੱਖ ਬਹੁਤ ਲੱਗੀ ਖਾਈਏ ਪੀਏ ਜੇ ਹੈਣੀ ਕਿਤੇ ਪਰਨੇ ਖੁੱਲ੍ਹੀ ਫਿਰਦੇ ਆ ਜਦੋਂ ਵੇਖੀ ਦਾ ਪਰਨਾ ਖੁੱਲ੍ਹਾ ਜਾਂਦਾ ਤਾਂ ਕੀ ਚੱਕਰ ਆ ਬਾਡੀ ਬਾਅਦ ਚੋਂ ਨਾ ਇੱਕ ਲੋਕਾਂ ਨੂੰ ਖੋਇਆ ਕੀ ਫਾਇਦਾ ਹੁਣ ਪਛੜੇ ਦਾ ਵਿਆਹ ਕਰਨਾ ਵਾ ਕਿਹਨੇ ਖਰਚਾ ਕੀਤਾ ਨਚਿੱਦੀ ਜਾ ਪੁੱਤਰ ਡਿਆ ਮੈਂ ਜੇ ਮੈਂ ਵਿਆਹ ਤੇ ਖਰਚਾ ਕੀਤਾ ਤਾਂ ਮੈਂ ਫਿਰ ਆਪਣੇ ਅੰਡੇ ਆ ਵੀ ਬਣਾਉਣ ਡਿਆ ਹੁਣ ਅੰਡੇ ਜੇ ਮੈਂ ਖਰਚਾ ਕੀਤਾ ਤੇ ਅੰਡੇ ਵੀ ਮੈਂ ਆਪੇ ਬਣਾਉਣ ਡਿਆ ਇਹ ਕਰਕੇ ਵਿਆਹ ਦੇ ਬਿਲਕੁਲ ਖਰਚਾ ਨਹੀਂ ਕਰਨਾ ਚਾਹੀਦਾ ਸਾਦਾ ਵਿਆਹ ਕਰੋ ਰੋਟੀ ਪਾਣੀ ਵਧੀਆ ਮਿਲੂਗਾ ਜਦੋਂ ਵਿਆਹ ਦੇ ਪੈਸੇ ਲਾ ਲਈਦੇ ਕੁੜੀ ਅੰਡੇ ਆਪ ਬਣਾਉਣੇ ਵੇਹਦੇ ਵੇਖ ਲਓ ਹੈਂ ਪਹਿਲਾਂ ਕਰਨਾ ਮਹਾਂਵੀਰ ਦਾ
ਜਾਂ ਸ਼ੇਰੇ ਦਾ, ਦੋਵਾਂ ਚ ਇੱਕ ਬੰਦੇ ਦਾ ਵੇਖ ਲਓ ਕਿਹਦਾ ਕਰਨਾ ਤੁਸੀਂ, ਇਹ ਵੇਖੋ ਨੀ। ਮੈਂ ਤਾਂ ਸ਼ੇਰੇ ਦਾ ਬਣਦਾ ਹੁੰਦਾ ਹਿਸਾਬ ਨਾਲ, ਮੇਰਾ ਨੀ ਮਾੜਾ ਕਰਨਾ, ਮੈਂ ਆਪੇ ਆਂਡੇ ਬਣਾ ਬਣਾ ਖਾਈ ਜਾਂਦਾ ਮੇਰੇ ਹਿਸਾਬ ਨਾਲ। ਨਹੀਂ ਨਹੀਂ ਭਰਾ, ਆਂਡੇ ਬਣਾ ਬਣਾ ਆਪੇ ਖਾਈ ਜਾਂਦਾ, ਕੋਈ ਗੱਲ ਨੀ ਆ। ਮੈਂ ਤਾਂ ਭਾਈ ਨਾ ਡੀਲਰ ਕਰ ਲਈ ਆ, ਉਹਦਾ ਕੰਮ ਵਾਲਾ ਨਾ ਭਾਈ ਆਉਂਦਾ, ਉਹ ਕਹਿੰਦਾ ਰੋਟੀਆਂ ਮੈਂ ਤੈਨੂੰ ਸ਼ੇਰਿਆ ਹੈ ਬੰਦਾ, ਸਿਰ ਦਾ ਪਹਿਲਾਂ ਸਿਰ ਪੀੜ ਕਰਨ ਡਿਆ ਸੀ, ਇਹ ਸਿਰ ਪੀੜ ਹੋਇਆ ਤੇ ਕੁੜੀਆ ਬੋਲ ਨੂੰ ਕੁਝ ਹੋ ਗਿਆ ਜੀ, ਬੋਲਤੀ ਕੀ ਫਿਰ ਕੇ ਕੋਈ। ਇੱਧਰ ਪ੍ਰਵੇਸ਼ ਐਟੀਟਿਊਡ ਬੁਆਏ ਰਾਤ ਨੂੰ ਕੰਮ ਕਰਦਾ ਆ, ਇਹ ਗਲਤੀ ਵੀ ਇਹਨਾਂ ਨੇ ਕੀਤੀ ਆ, ਇਸ ਕੀ ਥੋੜ੍ਹੀ ਜਿਹੀ ਸਜ਼ਾ ਤਾਂ ਮਿਲਣੀ ਚਾਹੀਏ ਭਾਈ। ਹੈਂ ਉਹ ਚੜ ਕਰੀ ਜਾਂਦਾ ਗੁਰੂਆ, ਰਾਹ ਭਲਾ ਅਜੇ ਟੱਕ ਟੱਕ ਲਾਈ ਆ, ਲੈ ਵੀ ਬੰਦਿਆਂ ਨੇ ਨਾ ਮੋਟਰ, ਬੰਦਿਆਂ ਨੇ ਮੋਟਰ ਛੱਡ ਛੱਡੀ ਅਤੇ ਪਾਣੀ ਪਾਣੀ ਕਰਤਾ, ਸਰਪੰਚ ਨੇ ਗੱਡੀ ਧਵਾ ਕੇ ਲਿਆ ਅਤੇ ਗੱਡੀ ਲਿਬੜ ਕੇ ਚਲ ਗਈ ਅੰਦਰ, ਰੁਪਈਏ 1000 ਦਾ ਸੱਤਿਆਨਾਸ਼ ਮਾਰਤਾ ਪ੍ਰਵੇਸ਼ ਅਤੇ ਰਾਜੂ। ਇਹ ਗਲਤੀ ਕਿਹਦੀ ਰਾਜੂ, ਇਹ ਗਲਤੀ ਕਿਸ ਕੀ ਸੀ ਭਾਅ ਜੀ, ਫਿਰ ਛੱਡ ਕੇ ਨਹੀਂ ਦਿੱਤੀ ਭਾਅ ਜੀ, ਕਿਹਨੇ ਛੱਡਿਆ ਸੀ, ਕੌਣ ਛੱਡਿਆ ਜੀ, ਭੈਣ ਧੀ ਨੂੰ ਲੱਕੜ ਨਹੀਂ, ਫਿਰ ਉਹ ਜੁੱਤੀ ਜਾ ਕੇ ਭੈਣ ਸੋ, ਕਿੰਨੇ ਬੰਦੇ ਜੀ ਅੱਜ, ਕਿਤਨੇ ਆਦਮੀ ਹੋ ਜਹਾਂ ਪੇ, ਪੰਜ ਆਦਮੀ ਹੋ, ਪੰਜ ਮੀ ਬੰਦਾ ਲੱਭਣਾ ਕੋਈ ਔਖੀ ਬਾਤ ਨਹੀਂ ਹੈ, ਬੰਦਾ ਢੂੰਡੋ ਇੱਕ ਜਿਹਨੇ ਮੋਟਰ ਛੱਡੀ ਹੈ, ਔਰ ਲੰਮੇ ਪਾਲੋ ਅਤੇ ਇਹੋ ਰੈਪ ਜਿਹਾ ਫਿੜੋ ਉਹਨੂੰ, ਹੈਂ ਨਹੀਂ ਪ੍ਰਵੇਸ਼ ਤੂੰ ਤੂੰ ਲੱਭ ਸਕਦਾ ਬੰਦਾ ਐਟੀਟਿਊਡ ਬੁਆਏ, ਹਾਂ ਫਿਰ ਕੌਣ ਛੁੱਟ ਗਿਆ, ਕੋਈ ਸ਼ੈਤਾਨੀ ਕਰ ਗਿਆ ਆਪਣੇ ਸਾਥ, ਹੈਂ ਚੱਲ ਬਹੁਤ ਹੈ, ਸੁਬਾਹ ਤੱਕ ਸੁੱਕ ਜਾਏਗਾ ਕੋਈ ਬਾਤ ਨਹੀਂ ਹੈ, ਜੋ ਹੋਣਾ ਥਾ ਹੋ ਗਿਆ, ਹੋ ਸਕਦਾ ਹੈ ਰਾਤ ਕੋ ਬਾਰਿਸ਼ ਪੜ ਜਾਏ, ਐਸਾ ਵੀ ਹੋ ਸਕਦਾ ਹੈ, ਨਹੀਂ ਨਹੀਂ ਅਗਰ ਬਾਰਿਸ਼ ਪੜ ਗਈ ਫਿਰ ਆਪਕੋ ਜੇ ਕੰਮ ਨਹੀਂ ਨਾ ਕਰਨਾ ਪੜੇਗਾ, ਫਿਰ ਰੱਬ ਕੋ ਹਮ ਕੁਛ ਨਹੀਂ ਕਰ ਸਕਦੇ, ਆਪਕੋ ਹਮ ਆਪਕੋ ਤਾਂ ਫਿਰ ਵੀ ਕਰ ਦੋਗੇ, ਜੇ ਹੋਈ ਨਾ ਬਾਤ, ਬੰਦਿਆਂ ਨੇ ਬਾਸ਼ੀ ਮੋੜ ਕੀਤਾ ਹੀ ਆਉਣ, ਕਹਿੰਦੇ ਫਿਲਮ ਵੇਖਣ ਚੱਲੇ ਚੋਬਰ, ਹੈਂ ਕਾਹਨੂੰ ਗੱਲਾਂ ਕਰਵਾਉਣ ਡੇ, ਲੈ ਮਿੱਤਰਾ ਆਪਾਂ ਕਰੀਏ ਸੌਣ ਦੀ ਤਿਆਰੀ, ਪਰ ਜਾਣ ਮੇਰੀ ਢੱਡ ਮੈਂ ਗੱਲ ਸ਼ੇਅਰ ਕਰਨੀ ਅੱਜ, ਮੈਂ ਨਾ ਦਿਨੇ ਤੁਹਾਨੂੰ ਜਿਹੜੀਆਂ ਗੱਲਾਂ ਦੱਸਣ ਡਿਆ ਸੀ ਕਿ ਕੋਈ ਨਾ ਕੋਈ ਫਰੀ ਦੱਸਿਆ ਆਪਾਂ ਸਾਡੇ ਗਲ ਆ ਕੇ ਪੈ ਜਾਂਦਾ ਹੈ ਨਾ, ਬੇਵਜ੍ਹਾ ਜਿਹੜੀ ਚੀਜ਼ 'ਚ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਲੋਕ ਇਹੋ ਜਿਹੇ ਕੰਮ ਕਰਦੇ, ਕਿਉਂ ਕਰਦੇ ਨੇ ਰੱਬ ਜਾਣਦਾ ਕੀ ਮਿਲਦਾ ਹੈ ਨਾ। ਮੈਂ ਅੱਗੇ ਤੁਹਾਡੇ ਨਾਲ ਮੈਂ ਗੱਲ ਸ਼ੇਅਰ ਨਹੀਂ ਕਰਦਾ ਨਾ ਕਿ ਚੱਲ ਬਾਅਦ 'ਚ ਜਦੋਂ ਮਸਲੇ ਮਸਲੇ ਹੱਲ ਹੋ ਜਾਂਦੇ ਫਿਰ ਤੁਹਾਨੂੰ ਦੱਸ ਦੇਈਦੀ ਕਿ ਚੱਲ ਯਾਰ ਤੁਹਾਨੂੰ ਕੁਛ ਸਿੱਖਣ ਨੂੰ ਮਿਲ ਜਾਵੇ, ਤਾਂ ਤੁਹਾਨੂੰ ਪਤਾ ਲੱਗ ਜਾਵੇ ਲੋਕ ਆਹ ਕੁਛ ਵੀ ਕਰਦੇ ਰਹਿੰਦੇ ਹੈ ਨਾ। ਅੱਜ ਜਿਹੜੀ ਗੱਲ ਹੋਈ ਆ, ਅੱਜ ਕੀ ਗੱਲ ਹੋਈ ਸਾਰੀ ਗੱਲ ਦੱਸੂੰਗਾ ਹੈ ਨਾ, ਫਿਰ ਤੁਸੀਂ ਦੱਸਿਓ ਕਿ ਯਾਰ ਇਹ 'ਚ ਸਾਡੀ ਕੀ ਗਲਤੀ ਹੈ ਨਾ, ਕਿ ਅਸੀਂ ਕੀ ਦੱਸੀਏ ਲੋਕਾਂ ਨੂੰ ਹੈ ਨਾ, ਕੀ ਉਹ ਕੀ ਸੋਚੀ ਜਾਂਦੇ ਆ। ਗੱਲ ਕੀ ਹੋਈ ਕਿ ਮੈਂ ਨਾ ਜਿੰਮ ਜਦੋਂ ਗਿਆ, ਮੈਂ ਤਾਂ ਹਰਮਨ ਦੁਪਹਿਰੇ, ਅਤੇ ਮੈਂ ਨਾ ਜਿੰਮ ਦੇ ਵਿੱਚ ਜੇ ਐਂਟਰੀ ਕਰਨ ਲੱਗਾ ਤਾਂ ਮੈਨੂੰ ਫੋਨ ਆ ਗਿਆ ਮੇਰੇ ਯਾਰ ਦੋਸਤ ਆ, ਕਹਿੰਦਾ ਕਿ ਯਾਰ ਤਰਨ ਤਾਰਨ ਸਦਰ ਥਾਣੇ ਵਾਲੇ ASI ਸਾਹਿਬ ਦਾ ਨੰਬਰ ਮੰਗਣ ਡੇ ਆ, ਪਹਿਲਾਂ ਵੀ ਮੇਰਾ ਇੱਕ ਪਰਚਾ ਆਇਆ ਸੀ, ਜਿਹੜਾ ਪਹਿਲਾਂ ਪਰਚਾ ਆਇਆ ਸੀ ਹਥਿਆਰਾਂ ਵਾਲਾ, ਉਸ ਚੱਕਰ ਦੇ ਵਿੱਚ ਉਹਨਾਂ ਕੋਲੋਂ ਕੇਸ ਸੀ ਮੇਰਾ ਹੈ ਨਾ, ਅਤੇ ਉਦੋਂ ਵੀ ਉਹਨਾਂ ਕੋਲ ਨੰਬਰ ਪਹਿਲਾਂ ਹੈਗਾ ਸੀ ਅਤੇ ਮੈਨੂੰ ਮੇਰੇ ਕੋਲ ਨਹੀਂ ਹੈਗਾ ਸੀ, ਅਤੇ ਮੈਂ ਉਹਨਾਂ ਨੂੰ ਨੰਬਰ ਚੁੱਕਦਾ ਨਹੀਂ ਛੇਤੀ ਕੀਤੇ ਹੈ ਨਾ, ਕਿ ਪਤਾ ਨਹੀਂ ਕੌਣ ਕਰਨ ਡਿਆ ਹੁੰਦਾ, ਜਿਹੜੇ ਨੰਬਰ ਸੇਵ ਹੁੰਦੇ ਉਹ ਚੁੱਕੀ ਦੇ ਆ। ਮੈਂ ਚਲੋ ਉਹਨਾਂ ਨੂੰ ਫੋਨ ਆਪ ਹੀ ਕਰ ਲਿਆ, ਮੈਂ ਕਿਹਾ ਜੀ ਸਰ, ਕਹਿੰਦਾ ਕਿ ਦਮਨ ਇੱਦਾਂ ਨਾ SHO ਸਾਹਿਬ ਨੇ ਗੱਲ ਕਰਨੀ ਆ, ਅਤੇ ਮੈਂ ਕਿਹਾ ਜੀ ਤੁਸੀਂ ਮੈਨੂੰ ਨੰਬਰ ਦਿੱਤੋ ਮੈਂ ਕਾਲ ਕਰ ਲੈਂਦਾ, ਉਹਨਾਂ ਨੇ SHO ਸਾਹਿਬ ਦੇ ਲੀਡਰ ਦਾ ਨੰਬਰ ਦਿੱਤਾ ਅਤੇ ਮੈਂ ਫੋਨ ਲਾਇਆ, ਮੈਂ ਕਿਹਾ ਜੀ ਇੱਦਾਂ ਕਰਕੇ ਸਾਹਿਬ ਨੇ ਨੰਬਰ ਦਿੱਤਾ ਸੀ ਤੁਹਾਡਾ, ਅਤੇ ਮੈਂ ਕਿਹਾ ਦੱਸੋ ਜੀ, ਅਤੇ ਕਹਿੰਦੇ ਕਿ ਕਿੱਥੋਂ ਬੋਲਦੇ, ਮੈਂ ਦੱਸਿਆ, ਮੈਂ ਕਿਹਾ ਇੱਦਾਂ ਇੱਦਾਂ ਕਰਕੇ, ਕਹਿੰਦੇ ਅੱਛਾ, ਕਹਿੰਦੇ ਕਰ ਲਾ ਸਾਹਿਬ ਨਾਲ ਗੱਲ ਕੀਤੀ, ਚਲੋ ਆਪਾਂ ਆਪਣੇ ਅਫਸਰ ਆਪਾਂ ਰਿਸਪੈਕਟ ਨਾਲ ਗੱਲ ਕੀਤੀ, ਮੈਂ ਕਿਹਾ ਜੀ ਸਰ ਇਹ ਤਾਂ, ਕਹਿੰਦੇ ਦਮਨ ਕਿੱਥੋਂ ਬੋਲਦਾ, ਮੈਂ ਕਿਹਾ ਜੀ ਇੱਦਾਂ ਕਰਕੇ ਪੱਖੋ ਗਿਆ ਆਪਣਾ ਪਿੰਡ ਆ, ਅਤੇ ਕਹਿੰਦੇ ਨੌਕਰੀ, ਮੈਂ ਕਿਹਾ ਜੀ ਨੌਕਰੀ ਨਹੀਂ ਮੈਂ ਕਰਦਾ, ਅਤੇ ਕਹਿੰਦੇ ਕੀ ਚੱਕਰ,
ਮੈਂ ਕਿਹਾ ਜੀ ਚੱਕਰ ਇਹ ਹੈ ਕਿ ਮੈਂ ਕਿਹਾ ਦੋ ਤਿੰਨ ਚੱਕਰ ਪਏ ਸੀ ਮੈਂ ਉਹਨਾਂ ਕਰਕੇ ਬਾਅਦ 'ਚੋਂ ਸਬੱਬ ਹੀ ਨਹੀਂ ਬਣਿਆ ਮੈਂ ਕਿਹਾ ਮੈਂ ਸਸਪੈਂਡ ਹੋ ਗਿਆ ਮੈਂ ਕਿਹਾ ਬਾਅਦ 'ਚ ਬਹਾਲ ਹੀ ਨਹੀਂ ਹੋਇਆ ਮੈਂ ਅਤੇ ਕਹਿੰਦੇ ਹੁਣ ਕੀ ਕੰਮ ਕਰਦਾ ਮੈਂ ਦੱਸਿਆ ਮੈਂ ਕਿਹਾ ਮੈਂ ਆਹ ਕੰਮ ਕਰਦਾ ਫਿਰ ਜੇ ਜਿਹੜੀ ਨੌਕਰੀ ਮੈਂ ਕਰਦਾ ਸੀ ਉਹਦਾ ਮੇਰੇ ਕੋਲ ਬੈਲਟ ਨੰਬਰ ਪੁੱਛਿਆ ਕਹਿੰਦੇ ਕਿ ਇੱਥੇ ਕਰਦਾ ਕਿ ਸਾਰਾ ਕੁਛ ਉਹਨਾਂ ਮੇਰੇ ਕੋਲ ਡਾਟਾ ਲਿਆ ਸਾਰਾ ਹੀ ਮੈਂ ਦੱਸਤਾ ਅਤੇ ਕਹਿੰਦੇ ਪਰਚੇ ਕਿੰਨੇ ਆ ਮੈਂ ਦੱਸਦੇ ਮੈਂ ਕਿਹਾ ਇੰਨੇ ਇੰਨੇ ਆ ਇੱਥੇ ਇੱਥੇ ਆਹ ਚੀਜ਼ ਦਾ ਹੋਇਆ ਅਤੇ ਕਹਿੰਦੇ ਫਿਰ ਇੱਕ ਹੋਰ ਤਿਆਰ ਹੀ ਹੱਸ ਕਹਿੰਦਾ ਮੈਨੂੰ ਕਿਹਾ ਅਤੇ ਮੈਂ ਕਿਹਾ ਜੀ ਸਰ ਇੱਕ ਹੋਰ ਤਿਆਰ ਕਾਹਦਾ ਮੈਨੂੰ ਸਮਝ ਲੱਗੀ ਮੈਨੂੰ ਸੱਚੀ ਦੱਸਾਂ ਮੈਂ ਕਿਹਾ ਇੱਕ ਹੋਰ ਤਿਆਰ ਕਾਹਦਾ ਵਾ ਨਾ ਮੈਂ ਕਿਹਾ ਅਤੇ ਕਹਿੰਦੇ ਕੋਈ ਤੂੰ ਵੀਡੀਓ ਪਾਈ ਆ ਇੰਸਟਾਗ੍ਰਾਮ 'ਤੇ ਅਤੇ ਉਹ ਸੰਸਥਾ ਵੱਲੋਂ ਆਇਆ ਕਿ ਤੂੰ ਉਹਨਾਂ ਨੂੰ ਠੇਸ ਪਹੁੰਚਾਈ ਆ ਉਹ ਕਰਾਉਣ ਡੇ ਆ ਕਿ ਪਤਾ ਨਹੀਂ ਕਰਾਤਾ ਆ ਮੈਂ ਕਿਹਾ ਜੀ ਇੱਦਾਂ ਦੀ ਮੈਂ ਕਿਹੜੀ ਵੀਡੀਓ ਪਾ ਤੀ ਕਹਿੰਦੇ ਕੋਈ ਤੂੰ ਵੀਡੀਓ ਪਾਈ ਆ ਅਤੇ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ ਮੈਂ ਕਿਹਾ ਜੀ ਇੰਸਟਾਗ੍ਰਾਮ 'ਤੇ ਹਜ਼ਾਰਾਂ ਵੀਡੀਓ ਪਾਈ ਦੀਆਂ ਹੁਣ ਮੈਨੂੰ ਥੋੜ੍ਹੀ ਪਤਾ ਉਹਨਾਂ ਦੀ ਮੇਰੀ ਕਿਹੜੀ ਵੀਡੀਓ ਨੂੰ ਵੇਖ ਕੇ ਠੇਸ ਪਹੁੰਚ ਗਈ ਆ ਹੈ ਨਾ ਰੱਬ ਜਾਣੇ ਅਤੇ ਕਹਿੰਦੇ ਕਿੱਥੇ ਆ ਤੂੰ ਮੈਂ ਕਿਹਾ ਜੀ ਮੈਂ ਤਾਂ ਇੱਦਾਂ ਇੱਥੇ ਹਾਂ ਕਹਿੰਦੇ ਕਦੋਂ ਆਏਗਾ ਅਤੇ ਮੈਂ ਕਿਹਾ ਤੁਸੀਂ ਦੱਸੋ ਕੱਲ੍ਹ ਐਤਵਾਰ ਆ ਗਿਆ ਵਿੱਚ ਅਤੇ ਹੁਣ ਸੋਮਵਾਰ ਦਾ ਟਾਈਮ ਦਿੱਤਾ ਸੋਮਵਾਰ ਇੱਕ ਕੀ ਬਣਦਾ ਪਰ ਮੈਂ ਸੋਚ ਹੈਰਾਨ ਇਸ ਗੱਲ ਤੋਂ ਕਿ ਵੀਡੀਓ ਪਾਉਣ 'ਤੇ ਕਿਸੇ ਨੂੰ ਠੇਸ ਪਹੁੰਚਣ ਦੀ ਨਾ ਅਸੀਂ ਵੀਡੀਓ 'ਚ ਕਿਸੇ ਦਾ ਇੰਸਟਾਗ੍ਰਾਮ 'ਤੇ ਤਾਂ ਕਿਸੇ ਦਾ ਨਾਮ ਨਹੀਂ ਲੈਂਦੇ ਅਸੀਂ ਨਾ ਕਿਸੇ ਦੀ ਫੋਟੋ ਲਾ ਕੇ ਇਸ ਨੂੰ ਟਾਰਗੇਟ ਕੀਤਾ ਅਤੇ ਮੈਂ ਤਾਂ ਹੈਰਾਨ ਇਸ ਗੱਲ ਤੋਂ ਮੈਂ ਆਪਣੇ ਨਾਲ ਦੇ ਨੂੰ ਕਿਹਾ ਮੈਂ ਕਿਹਾ ਯਾਰ ਕਮਾਲ ਹੀ ਹੋ ਗਈ ਹੈ ਨਾ ਕਿ ਇਹੋ ਜਿਹੀਆਂ ਚੀਜ਼ਾਂ ਹੋਣ ਡੀਆਂ ਜਿਹੜੀ ਆਪਾਂ ਸੋਚੀ ਵੀ ਨਹੀਂ ਹੁੰਦੀ ਕਿ ਕਿਸੇ ਦੀ ਇੱਕ ਹੁੰਦਾ ਨਾ ਆਪਾਂ ਕਿਸੇ ਨੂੰ ਬੋਲਦੇ ਹਾਂ ਮਾੜਾ ਚੰਗਾ ਬੋਲਦੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਆ ਜੇ ਆਪਣੇ ਇੰਸਟਾਗ੍ਰਾਮ 'ਤੇ ਕੋਈ ਐਕਟ ਕਰਕੇ ਜਾਂ ਆਪਾਂ ਸਿਮਲਾ 'ਚ ਕੋਈ ਵੀਡੀਓ ਪਾਈ ਉਹਦੇ ਨਾਲ ਵੀ ਕਿਸੇ ਨੂੰ ਠੇਸ ਪਹੁੰਚਣ ਡੀ ਆ ਅਤੇ ਉਹਦਾ ਵੀ ਪਰਚਾ ਮੈਨੂੰ ਕਮਾਲ ਹੋ ਗਈ ਯਾਰ ਮੈਂ ਉਹ ਚੀਜ਼ ਸੁਣ ਕੇ ਹੈਰਾਨ ਹੋ ਗਿਆ ਮੈਂ ਰਮਨ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਪਹਿਲੀ ਤਾਂ ਇੱਦਾਂ ਚੀਜ਼ ਸੁਣੀ ਆ ਕਹਿੰਦਾ ਇਹ ਸਾਜ਼ਿਸ਼ਾਂ ਹੋਣ ਡੀਆਂ ਰੱਬ ਜਾਣੇ ਕਿ ਹੁਣ ਇਹ ਕਿਹੜੀ ਸੰਸਥਾ ਹੁਣ ਅਸੀਂ ਸੋ ਕੱਲ੍ਹ ਐਤਵਾਰ ਜਾਂ ਸੋਮਵਾਰ ਜਾ ਕੇ ਪਤਾ ਕਰਾਂਗੇ ਕਿ ਇੰਸਟਾਗ੍ਰਾਮ 'ਤੇ ਤਾਂ ਆਪਣੀ ਵੀਡੀਓ ਕਿਹੜੀਆਂ ਹੁੰਦੀਆਂ ਗਾਣੇ ਦੀ ਮਤਲਬ ਜਿਹੜੇ ਨਵੇਂ ਗਾਣੇ ਹੁੰਦੇ ਉਹਨਾਂ 'ਤੇ ਪਾਈ ਦੀ ਆ ਜਾਂ ਪਿੱਛੇ ਜੇ ਆਪਾਂ ਸਿਮਲਾ ਗਾਣੀਆਂ ਪਾ ਦਿੰਦੇ ਜਾਂ ਆਪਣੇ ਕੱਦੂ ਵਾਲੀਆਂ ਹੁੰਦੀਆਂ ਉਹਦੇ ਵਿੱਚ ਵੀ ਜਸਟ ਫਨ ਕੀਤਾ ਹੁੰਦਾ ਆਪਾਂ ਹੈ ਨਾ ਜਾਂ ਕੋਈ ਐਕਟ ਕਰਕੇ ਪਾਈ ਹੁੰਦੀ ਆ ਹੁਣ ਇੱਕ ਚੀਜ਼ ਵੇਖਿਆ ਜਾਵੇ ਜੇ ਕਿ ਆਪਣੇ ਕਿਸੇ ਐਕਟ ਨੂੰ ਲੈ ਕੇ ਕਿਸੇ ਨੂੰ ਠੇਸ ਪਹੁੰਚੀ ਹੋਣਾ ਫਿਲਮਾਂ ਦੇ ਵਿੱਚ ਹਜ਼ਾਰਾਂ ਐਕਟ ਹੁੰਦੇ ਆ ਹੈ ਨਾ ਹਾਸੇ ਵਾਲੇ ਹੁੰਦੇ ਆ ਗੁੱਸੇ ਵਾਲੇ ਹੁੰਦੇ ਆ ਲਾ ਲਓ ਸਾਹਿਬ ਉਹਦੇ ਵਿੱਚ ਮੰਨ ਲਓ ਕੋਈ ਆਪਣੇ ਜਿੱਦਾਂ ਗਜਨੀ ਫਿਲਮ ਆਈ ਉਹ ਪਾਗਲ ਬਣਿਆ ਸੀ ਕੋਈ ਕਿਸੇ ਤਰ੍ਹਾਂ ਦੇ ਐਕਟ ਹੁੰਦੇ ਹੈ ਨਾ ਜੇ ਆਪਾਂ ਕੋਈ ਉਹੋ ਜਿਹਾ ਐਕਟ ਕਰਕੇ ਪਾਇਆ ਉਹ ਤਾਂ ਉਹਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਦੀ ਕਿ ਇਹਨੂੰ ਕੀ ਠੇਸ ਕਿਸੇ ਨੂੰ ਕੀ ਪਹੁੰਚੀ ਹੋਊਗੀ ਜੇ ਪਹੁੰਚੀ ਵੀ ਹੋਊਗੀ ਤਾਂ ਉਹਦੇ ਵਿੱਚ ਅਸੀਂ ਕਿਹੜਾ ਕਿਸੇ ਦਾ ਨਾਂ ਲਿਆ ਵਾ ਜਾਂ ਕਿਸੇ ਸੰਸਥਾ ਦਾ ਨਾਂ ਲਿਆ ਵਾ ਜਾਂ ਕਿਸੇ ਸੰਸਥਾ ਦੀ ਫੋਟੋ ਲਾਈ ਜਾਂ ਕਿਸੇ ਸੰਸਥਾ ਨੂੰ ਮੈਂਸ਼ਨ ਕਰਤਾ ਵਾ ਮੈਂ ਹੈਰਾਨ ਮੈਂ ਤੋਂ ਬਾਅਦ ਮੈਂ ਨਾ ਘਰ ਆਉਂਦਿਆਂ ਸੋਚਦਾ ਰਿਹਾ ਮੈਂ ਨਾ ਵੀਡੀਓ ਇਹੋ ਜਿਹੀ ਕਿਹੜੀ ਪਾਈ ਆ ਅਤੇ ਮੈਨੂੰ ਅਫਸਰਾਂ ਦੱਸਿਆ ਨਹੀਂ ਕਹਿੰਦੇ ਤੂੰ ਆ ਜੀ ਤੇਰੇ ਬਿਆਨ ਹੋਣੇ ਆ ਮੈਂ ਕਿਹਾ ਠੀਕ ਆ ਜੀ ਕੋਈ ਗੱਲ ਨਹੀਂ ਅਤੇ ਹੁਣ ਵੇਖੋ ਸੋਮਵਾਰ ਜਾ ਕੇ ਵੇਖਣੇ ਆ ਪਰ ਮੈਂ ਹੈਰਾਨ ਆ ਕਿ ਆਪਣੇ ਘਰ ਮੈਂ ਆਪਣੇ ਸੁੱਖ ਦੀ ਰੋਟੀ ਖਾਣ ਡਿਆ ਕਿਸੇ ਨਾਲ ਕੋਈ ਲੱਲਾ ਨਹੀਂ ਖੱਖਾ ਨਹੀਂ ਕਿੱਥੋਂ ਉਹਦੀ ਸੰਸਥਾ ਵੀ ਨਹੀਂ ਪਤਾ ਕਿ ਕੰਪਲੇਂਟ ਲਿਖਾਈ ਆ ਮੈਂ ਹੈਰਾਨ ਆ ਕਿ ਕੋਈ ਬੰਦਾ ਸੁੱਖ ਦੀ ਰੋਟੀ ਖਾਣ ਡਿਆ ਅਤੇ ਉਹਨੂੰ ਵੀ ਚਿੱਟੀਆਂ ਲੋਕਾਂ 'ਚ ਛੇੜੀ ਜਾਣੀਆਂ ਅੱਜ ਮੈਨੂੰ ਸਿੱਧੂ ਦੇ ਗਾਣੇ ਉਹਦੇ ਸੱਚੇ ਲੱਗਦੇ ਬੰਦੇ ਦੇ ਕਿ ਉਹਦੇ ਨਾਲ ਪਤਾ ਨਹੀਂ ਕੀ ਕੁਛ ਹੁੰਦਾ ਨਾ ਸੀ ਤਾਂ ਹੈ ਹੀ ਕੁਛ ਨਹੀਂ ਆ ਆਪਾਂ ਤਾਂ ਕੁਛ ਵੀ ਨਹੀਂ ਨਾ ਆਪਾਂ ਆਰਟਿਸਟ ਹਾਂ ਨਾ ਆਪਾਂ ਮਾਡਲਿੰਗ ਕਰਦੇ ਨਾ ਆਪਾਂ ਗਾਣੇ ਕਰਦੇ ਹਾਂ ਆਪਾਂ ਦੇਖ ਲਾ ਲਓ ਹਿਸਾਬ ਕਿ ਆਪਣੇ ਫਨ ਸ਼ਾਨ ਨੂੰ ਆਪਾਂ ਇੱਕ ਸੋਸ਼ਲ ਮੀਡੀਆ 'ਚ ਲਾਉਣ ਡੇ ਹਾਂ ਇੰਸਟਾ 'ਤੇ ਵੀਡੀਓ ਪਾ ਤੀ ਸਨੈਪਚੈਟ ਪਾ ਤੀ ਆਹ ਵਲੋਗਿੰਗ ਵੀ ਜਿਹੜੇ ਵੀਰ ਭਰਾ ਪਿਆਰ ਕਰਦੇ ਆ ਇੰਸਟਾ 'ਤੇ ਆਪਾਂ ਨੂੰ ਮੈਸੇਜ ਕਰ ਦਿੰਦੇ ਸਨੈਪਚੈਟ 'ਤੇ ਮੈਸੇਜ ਕਰ ਦਿੰਦੇ ਕਿ ਬਾਈ ਜਿਹੜੀਆਂ ਤੂੰ ਸਟੋਰੀਆਂ ਇੰਸਟਾ 'ਤੇ ਪਾਉਂਦਾ ਵਾ ਇਹਦੀਆਂ ਕਲਿੱਪਾਂ ਜਿੱਦਾਂ ਸਟੋਰੀਆਂ ਦੀ ਲੈਂਦਾ ਇਹੋ ਇੱਦਾਂ ਵਲੋਗ ਦੇ ਸ਼ੋਟ ਲੈ ਕੇ ਅਤੇ ਵਲੋਗ ਪਾਉਣੇ ਸ਼ੁਰੂ ਕਰਦੇ ਵਲੋਗ ਪਾਉਣੇ ਸ਼ੁਰੂ ਕਰਦੇ ਹੈ ਨਾ ਆਪਣਾ ਪ੍ਰੇਮ ਪਿਆਰ ਬਣਿਆ ਆਪਾਂ ਪਾਉਂਦੇ ਰਹਿੰਦੇ ਹਾਂ ਪਰ ਸਾਨੂੰ ਮੈਨੂੰ ਤਾਂ ਕਦੀ ਯਾਰ ਕਿਸੇ ਜਿੰਨੇ ਤੁਸੀਂ ਮੈਨੂੰ ਪਿਆਰ ਕਰਦੇ ਜੇ ਮੈਨੂੰ ਤੁਸੀਂ ਮੈਂ ਤੁਹਾਨੂੰ ਆਉਂਦਾ ਮਿਲਦਾ ਕਿ ਜੇ ਤਾਂ ਮੇਰੀ ਚੀਜ਼ ਕੋਈ ਚੰਗੀ ਕਰਦਾ ਜਾਂ ਮਾੜੀ ਕਰਦਾ ਵਾ ਤੁਸੀਂ ਮੈਨੂੰ ਦੱਸਦਿਆ ਕਰੋ ਤੁਸੀਂ ਮੈਨੂੰ ਕਮੈਂਟ ਕਰਕੇ ਹਰ ਵਾਰ ਜੇ ਕੋਈ ਚੀਜ਼ ਆਪਣੇ ਕੋਲ ਉਹੋ ਜਿਹੀ ਪੈਂਦੀ ਤੁਸੀਂ ਕਹਿ ਦਿੰਦੇ ਕਿ ਬਾਈ ਆਹ ਚੀਜ਼ ਨਹੀਂ ਸਹੀ ਜਾਂ ਕਿੱਦਾਂ ਹੈ ਨਾ ਹੁਣ ਆਪਣੇ ਦੋ ਬੰਦੇ ਗਾਲਾਂ ਕੱਢਦੇ ਆ ਮਾਮੇ ਵਾਲਾ ਸ਼ੇਰ ਆ ਜਾਂ ਦੂਜੀ ਗਾਲਾਂ ਕੱਢ ਦਿੰਦੇ ਆਪਾਂ ਨੂੰ ਕਮੈਂਟ ਕਰ ਦਿੰਦੇ ਹੈ ਨਾ ਵੀਰ ਭਰਾ ਕਿ ਯਾਰ ਇਹਨਾਂ ਨੂੰ ਗਾਲਾਂ ਕੱਢੋ ਢਾਓ ਅਸੀਂ ਇਹਨਾਂ ਨੂੰ ਸਮਝਾਈਦਾ ਕਿ ਨਾ ਗਾਲਾਂ ਕੱਢਿਆ ਕਰੋ ਭਾਵੇਂ ਤੁਸੀਂ ਹਾਸੇ ਮਜ਼ਾਕ 'ਚ ਕੱਢਦੇ ਜੀ ਹੈ ਨਾ ਅਤੇ ਜੇ ਇੰਸਟਾ 'ਤੇ ਕੋਈ ਇਹੋ ਜਿਹੀ ਵੀਡੀਓ ਪਾਈ ਹੁੰਦੀ ਤਾਂ ਮੈਨੂੰ ਉਹ ਚੀਜ਼ 'ਤੇ ਕਮੈਂਟ ਵੀ ਕਰ ਦੇਣੇ ਸੀ ਵੀਰਾ ਭਰਾਵਾਂ ਨੇ ਕਿ ਯਾਰ ਆਹ ਚੀਜ਼ ਤੁਸੀਂ ਸਹੀ ਨਹੀਂ ਕੀਤੀ ਅਤੇ ਅਸੀਂ ਇੰਨੇ ਮੂਰਖ ਨਹੀਂ ਕਿ ਅਸੀਂ ਉਹ ਚੀਜ਼ ਗੱਲ ਨਾ ਮੰਨਦੇ ਜਾਂ ਉਹ ਵੀਡੀਓ ਡਿਲੀਟ ਨਾ ਕਰਦੇ
ਬਾਕੀ ਰੱਬ ਜਾਣੇ ਹੈ ਨਾ ਕਿ ਇਹ ਚੀਜ਼ਾਂ ਕਿਉਂ ਕਰਦੇ ਲੋਕ, ਕਾਹਤੋਂ ਕਰਨ ਡੇ ਆ। ਅਤੇ ਬਾਕੀ ਜੋ ਮਾਲਕ ਕਰੂਗਾ ਇੱਥੇ ਭਾਈ ਦੇ ਨਿਵਾਣ ਫਿਰ ਇੱਕੋ ਜਿੱਕੇ ਹੁੰਦੇ ਆ, ਇਸ ਚੀਜ਼ ਦਾ ਵੀ ਆਪਾਂ ਨੂੰ ਕੋਈ ਦੁੱਖ ਨਹੀਂ ਹੈ ਨਾ। ਜਿੱਥੇ ਬੰਦੇ ਦੀ ਗਲਤੀ ਹੋਵੇ ਤਾਂ ਉਹ ਬੰਦਾ ਜੇ ਚਾਰ ਬੰਦੇ ਮੰਨ ਲਓ ਆਪਾਂ ਨੂੰ ਕਹਿਣ, ਜਿੱਦਾਂ ਹੁਣ ਵੀਰ ਤੁਸੀਂ ਸਾਰੇ ਆਪਾਂ ਨੂੰ ਕਮੈਂਟ ਕਰਦੇ ਜੀ ਹੈ ਨਾ, ਤੁਹਾਡਾ ਆਪਣਾ ਪ੍ਰੇਮ ਪਿਆਰ ਬਣਿਆ, ਜਿਹੜੀ ਚੀਜ਼ 'ਤੇ ਆਪਾਂ ਨੂੰ ਜ਼ਿਆਦਾ ਕਮੈਂਟ ਆਏ ਹੁੰਦੇ ਆ ਕਿ ਹਾਂ ਵੀ ਢਿੱਲੋ ਵੀਰ ਆਹ ਚੀਜ਼ ਸਹੀ ਨਹੀਂ ਹੈ ਜਾਂ ਆਹ ਚੀਜ਼ ਤੁਸੀਂ ਸਹੀ ਨਹੀਂ ਕਰਨ ਦੇ, ਇੰਨਾ ਮੂਰਖ ਕੋਈ ਵੀ ਨਹੀਂ ਹੁੰਦਾ। ਉਹ ਲੋਕ ਹੋਰ ਹੋਣਗੇ ਜਿਹੜੇ ਲੋਕਾਂ ਨੂੰ ਗਾਲਾਂ ਖਾ ਕੇ ਬਹਿ ਜਾਂਦੇ ਕਿ ਜਾਂ ਆਪਣੀ ਚੀਜ਼ ਨੂੰ ਸੁਧਾਰਦੇ ਨਹੀਂ ਆ। ਆਪਾਂ ਨੂੰ ਕੋਈ ਵੀਰ ਭਰਾ ਮੰਨ ਲਓ 100 ਪਿੱਛੇ ਆਪਾਂ ਨੂੰ 10 ਕਮੈਂਟ ਵੀ ਇੱਕੋ ਚੀਜ਼ 'ਤੇ ਆ ਜਾਣਾ ਕਿ ਆਹ ਚੀਜ਼ ਤੁਸੀਂ ਸਹੀ ਨਹੀਂ ਕਰਨ ਦੇ, ਆਪਾਂ ਉਹ ਚੀਜ਼ 'ਤੇ ਗੌਰ ਕਰੀਦਾ, ਕਿਉਂਕਿ ਵਲੋਗ ਬਣਾਈ ਦੇ ਕਿੰਨਾ ਵਾਸਤੇ ਤੁਹਾਡੇ ਕਰਕੇ ਬਣਾਈ ਦੇ, ਜਿਹੜੇ ਭਰਾ ਵੇਂਦੇ ਆਪਾਂ ਨੂੰ ਤੁਸੀਂ ਵੇਂਦੇ ਜੇ, ਜੇ ਤੁਸੀਂ ਕੋਈ ਕਮੀਆਂ ਕੱਢਣ ਦੇ ਜੇ ਤਾਂ ਤੁਸੀਂ ਕੋਈ ਸੋਚ ਕੱਢਣ ਦੇ, ਇੰਨਾ ਕੋਈ ਮੂਰਖ ਥੋੜ੍ਹੀ ਹੁੰਦਾ। ਜੇ 100 ਮਗਰ ਇੱਕ ਅੱਧਾ ਕਮੈਂਟ ਮਾੜਾ ਵੀ ਚੱਲ ਮੰਨ ਲਾਂਗੇ, ਚਲੋ ਯਾਰ ਹੇਟ 'ਚ ਕਰਤਾ, ਜੇ 100 ਮਗਰ 20-30 ਬੰਦੇ ਆਪਾਂ ਨੂੰ ਇੱਕੋ ਗੱਲ ਨੂੰ ਟਾਰਗੇਟ ਕਰਨ ਦੇ, ਇੰਨਾ ਮੂਰਖ ਤਾਂ ਆਪਾਂ ਹੈ ਨਹੀਂ ਆ ਕਿ ਆਪਾਂ ਉਹ ਚੀਜ਼ ਨੂੰ ਚੇਂਜ ਨਾ ਕਰਾਂਗੇ। ਅਤੇ ਬਾਕੀ ਆਹ ਚੀਜ਼ ਮੈਂ ਜਿਹੜੀ ਅੱਜ ਹੋਈ ਹੈ ਇਹ ਜਮ੍ਹਾਂ ਹੀ ਮਤਲਬ ਕਿ ਨਾ ਹੈਰਾਨ ਕਰਨ ਵਾਲੀ ਸੀ। ਅੱਗੇ ਵੀ ਚਲੋ ਚੀਜ਼ਾਂ ਤਾਂ ਨਹੀਂ ਹੁੰਦੀਆਂ, ਮੰਨ ਲਓ ਹਥਿਆਰ ਵਾਲਾ ਪਰਚਾ ਆਇਆ ਸੀ ਜਾਂ ਹੋਰ ਨੇ ਕਿਹੜੀਆਂ ਚੀਜ਼ਾਂ ਬੜੀਆਂ ਜ਼ਿੰਦਗੀ 'ਚ ਹੋਈਆਂ, ਮੈਂ ਤਾਂ ਕਦੀ ਦੱਸੀਆਂ ਨਹੀਂ। ਪਰ ਅੱਜ ਮੈਂ ਇਹ ਚੀਜ਼ ਸੋਚੀ ਕਿ ਪਹਿਲੀ ਵਾਰ ਮੈਂ ਮਸਲਾ ਹੱਲ ਕਰਨ ਤੋਂ ਬਿਨਾਂ ਤੁਹਾਡੇ ਨਾਲ ਗੱਲ ਕਰਨ ਦਿਆਂ, ਨਹੀਂ ਤਾਂ ਮੈਂ ਇਹ ਚੀਜ਼ ਵੀ ਨਿਬੇੜ ਕੇ ਆ ਕੇ ਜਦੋਂ ਕਿਤੇ ਮੇਰਾ ਜੀ ਕਰਨਾ ਮੈਂ ਫਿਰ ਦੱਸਣੀ। ਪਰ ਮੈਂ ਤੁਹਾਨੂੰ ਇਕੱਲੀ ਇਕੱਲੀ ਗੱਲ ਦੱਸੂੰਗਾ, ਸੋਮਵਾਰ ਜਾ ਕੇ ਜੇ ਅਸੀਂ ਜਾਂਦੇ ਹਾਂ ਅਤੇ ਉੱਥੇ ਕੀ ਹੁੰਦਾ ਅਤੇ ਕੀ ਗੱਲ ਹੁੰਦੀ ਆ ਵੀ ਤੁਹਾਨੂੰ ਮੈਂ ਆ ਕੇ ਦੱਸੂੰਗਾ ਜ਼ਰੂਰ। ਠੀਕ ਹੈ, ਮੇਰੀ ਬਾਂਹ ਥੱਕ ਗਈ, 6 ਮਿੰਟ ਦੀ ਕਲਿੱਪ ਮੈਂ ਤਾਂ ਹੁਣ ਵੇਖੀ, ਸ਼ੋਲਡਰ ਰਿਪੀਟ ਕਰਨ ਡਿਆ ਵਿਆ ਫੋਨ ਇੱਧਰ ਆ ਕੇ। ਅਤੇ ਬਾਕੀ ਜਾਣੇ ਮੇਰੀ ਅੱਗੇ ਵੀ ਜਿੱਦਾਂ ਮੈਂ ਕਿਹਾ ਵਲੋਗਿੰਗ ਬੰਦ ਕਰਦਾ ਜਾਂ ਸੋਸ਼ਲ ਮੀਡੀਆ 'ਤੇ ਆਪਾਂ ਘੱਟ ਐਕਟ ਕਰਦੇ, ਅਸੀਂ ਤਾਂ ਪਾਉਂਦੇ ਹਾਂ ਵੀਡੀਓ ਆਪਣੇ ਸ਼ੌਂਕ ਨਾਲ ਨਾ, ਫਨ ਸ਼ਨ ਨੂੰ ਇੰਸਟਾ 'ਤੇ ਪਾਤੀ, ਰੀਲਾਂ ਪਾਤੀਆਂ, ਸਨੈਪਚੈਟ ਪਾਤੀ। ਪਰ ਮੈਂ ਤਾਂ ਹੈਰਾਨ ਹੋ ਗਿਆ ਅੱਜ ਸੱਚੀ ਦੱਸਾਂ, ਅੱਗੇ ਜਦੋਂ ਵਲੋਗ ਬੰਦ ਕਰ ਦਿੱਤੀ ਅੱਜ ਇਹੋ ਜਿਹੀ ਚੀਜ਼ਾਂ ਸਾਡੇ ਨਾਲ ਹੁੰਦੀਆਂ, ਫਿਰ ਹੀ ਬੰਦ ਕਰੀਦਾ, ਫਿਰ ਚਲਾਉਣ ਨੂੰ ਕਿੱਥੇ ਜੀ ਕਰਦਾ, ਫਿਰ ਆਖੀ ਦਾ ਪਹਿਲਾਂ ਇਹਨੂੰ ਨਪੇਟ ਲਈਏ ਫਿਰ ਇਸ ਪਾਸੇ ਹੋਵਾਂਗੇ। ਲੈ ਵੀ ਮੇਰਾ ਜੋਟਾ ਆ ਗਿਆ ਜੀ ਹਰਮਨ, ਹੈ ਨਾ, ਅਤੇ ਜਦੋਂ ਇਹੋ ਜਿਹਾ ਚੱਕਰ ਪੈਂਦਾ ਜ਼ਿਆਦਾ ਮੇਰੇ ਨਾਲ ਹਰਮਨ ਤੁਰਿਆ ਫਿਰਦਾ ਹੁੰਦਾ, ਜਾਂ ਮੇਰੇ ਹੋਰ ਸੱਜਣੇ ਗਏ ਉਹ ਚਲੋ ਇੰਸਟਾ ਉਸਦਾ ਘੱਟ ਯੂਜ਼ ਕਰਦੇ ਆ, ਉਸ ਵਾਰ ਜਾਵਾਂਗੇ। ਧਿਆਨ ਨਾ ਉਹ ਮੈਂ ਗੱਲ ਕਰਕੇ ਹਟਿਆ ਸਾਰਿਆਂ ਨਾਲ ਵਲੋਗ 'ਚ ਜਿਹੜੇ ਵੀਰ ਭਰਾ ਪੈਂਦੇ, ਮੈਂ ਸਾਨੂੰ ਅੱਜ ਇੱਕ ਨਵਾਂ ਚੱਕਰ ਪਿਆ ਜੀ, ਉਹ ਹੈਰਾਨ ਕਰਨ ਵਾਲੀ ਚੀਜ਼ ਹੈਗੀ ਨਹੀਂ ਹੈਗੀ, ਸਾਨੂੰ ਪਤਾ ਵੀ ਨਹੀਂ ਉਹ ਵੀਡੀਓ ਹੈ ਕਿਹੜੀ ਆ, ਹੁਣ ਅਸੀਂ ਸੋਮਵਾਰ ਜਾ ਕੇ ਵੇਖਾਂਗੇ। ਇਹੋ ਜਿਹੇ ਕੰਮ 'ਚ ਹਰਮਨੀ ਮੇਰੇ ਨਾਲ ਜਾਂਦਾ ਹੁੰਦਾ, ਮੈਨੂੰ ਦੱਸਣ ਡਿਆ ਮੈਂ ਕਿਹਾ ਚੰਗੀ ਆਪਣੇ ਜਿੰਮ ਲਾਉਣ ਡੇ, ਸਬਜ਼ੀ ਰੋਟੀ ਖਾਣ ਡੇ ਆ, ਨਾ ਉਹਨੂੰ ਸੰਸਥਾ ਪਤਾ ਕਿਹੜੀ ਆ, ਨਾ ਉਹਨੂੰ ਅਜੇ ਵੀਡੀਓ ਪਤਾ ਕਿਹੜੀ ਆ, ਹੁਣ ਅਸੀਂ ਸਾਨੂੰ ਪੁਲਿਸ ਵਾਲੇ ਦੱਸਣਗੇ ਸੋਮਵਾਰ ਕਿਹੜੀ ਵੀਡੀਓ ਆ, ਜਾ ਕੇ ਚੈੱਕ ਕਰਾਂਗੇ ਹੁਣ ਅਸੀਂ ਤਿਆਰ ਹੋ। ਪਤਾ ਨਹੀਂ ਕਦੋਂ ਦੀ ਮੈਨੂੰ ਇੰਨਾ ਦੱਸਿਆ, ਕਹਿੰਦੇ ਕਿ ਤੁਸੀਂ ਵਾਹਵਾ ਟਾਈਮ ਪਹਿਲਾਂ ਵੀਡੀਓ ਪਾਈ ਕੋਈ, ਜਦੋਂ ਫੋਨ ਆਇਆ ਸਿਰ ਸਾਹਿਬ ਦਾ, ਮੈਂ ਕਿਹਾ ਜੀ ਹੁਣ ਮੈਨੂੰ ਨਹੀਂ ਪਤਾ ਕਿਹੜੀ ਪਾਈ, ਕਹਿੰਦੇ ਤੁਸੀਂ ਕੋਈ ਐਕਟ ਕਰਨ ਡੇ, ਮੈਂ ਐਕਟ ਤਾਂ ਅਸੀਂ ਸੋਸ਼ਲ ਮੀਡੀਆ ਹੈ ਹੀ ਇਸੇ ਕੰਮ ਦਾ, ਇੰਟਰਟੇਨਮੈਂਟ ਕਰੀਦਾ, ਫਲਾਣੇ ਕਰੀਦਾ। ਮੈਂ ਚਲੋ ਹੁਣ ਤੁਹਾਡੇ ਕੋਲ ਨਹੀਂ ਸਮਾਂ ਵੇਖ ਲਿਆ ਵੀ ਮਿੱਤਰੋ, ਫਿਰ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ, ਅਤੇ ਸਵੇਰੇ ਵਲੋਗ ਜਿਹੜਾ ਕੱਲ੍ਹ ਆਉਣਾ ਤੁਹਾਨੂੰ ਇੰਨਾ ਦੱਸ ਲਿਆ, ਆਪਣਾ ਫੋਟੋ ਸ਼ੂਟ ਆ ਘੈਂਟ ਜਿਹਾ, ਜਿੱਦਾਂ ਇੰਸਟਾ ਉਸਟਾ ਰੀਲਾਂ ਰੂਲਾਂ ਪਾਈ ਦੀਆਂ ਨਾ, ਕੋਟ ਪੈਂਟਾਂ ਦਾ, ਕੁੜਤੇ ਪਜਾਮਿਆਂ ਦਾ, ਘੈਂਟ ਜਿਹਾ ਫੋਟੋ ਸ਼ੂਟ, ਥੋੜ੍ਹਾ ਜਿਹਾ ਪ੍ਰੋਫੈਸ਼ਨਲ ਜਿਹਾ ਹੋਣਾ, ਉਹ ਤੁਹਾਨੂੰ ਵਿਖਾਵਾਂਗੇ ਸਵੇਰੇ, ਉਹ ਆਪਾਂ ਕਰਕੇ ਆਉਣਾ ਸਵੇਰੇ, ਜਿੰਨਾ ਕੋਈ ਵਲੋਗ ਬਣਿਆ ਪਾਵਾਂਗੇ ਫੰਕਸ਼ਨ ਕਰਦਿਆਂ ਦਾ, ਅਤੇ ਕੱਪੜੇ ਕੁੱਪੜੇ ਜਿੰਨੇ ਪਾਵਾਂਗੇ, ਜੋ ਆਪਾਂ ਲੀੜਾ ਕੱਪੜਾ ਪਾਵਾਂਗੇ ਉਹ ਚੀਜ਼ਾਂ ਸਾਰੀਆਂ ਤੁਹਾਨੂੰ ਵਿਖਾਵਾਂਗੇ ਹੈ ਨਾ। ਅਤੇ ਬਾਕੀ ਅੱਜ ਦਾ ਵਲੋਗ ਫਿਰ ਇੰਨਾ ਹੀ, ਇੱਕ ਮੈਂ ਜਾਂਦਾ ਜਾਂਦਾ ਕਮੈਂਟ ਪੜਨ ਦਿਆਂ ਵੀਰਾਂ ਭਰਾਵਾਂ ਦੇ, ਕਹਿੰਦੇ ਵਲੋਗ ਦਾ ਬੜਾ ਨਜ਼ਾਰਾ ਆਇਆ, ਬੜਾ ਫਨ ਕੀਤਾ ਜਿਹੜੇ ਪਾਏ ਵਲੋਗ ਹੈ ਨਾ, ਖਾਸ ਕਰਕੇ ਬਾਪੂ ਵਾਲਾ, ਜਾਂ ਮੇਰੀ ਵਲੋਗ ਸਾਰੇ ਘੈਂਟ ਹੀ ਬਣਨੇ ਆ, ਅੱਜ ਵਾਲਾ ਵਲੋਗ ਵੀ ਆ ਮੰਨੇ ਨੂੰ ਅਸੀਂ, ਮੈਨੂੰ ਕਿਹਾ ਮੈਂ ਵਾਲ ਤੋਂ ਰੰਗ ਰਹਿ ਦੇ ਲੰਮੇ ਪਾਲਣਾ, ਇਹ ਭਜਾ ਭੁਜਾ ਗਾੜੀ ਲੈ ਕੇ ਭਰਨਾ ਹੀ ਗੱਲ ਬਣੀ। ਅਤੇ ਬਾਕੀ ਇਹ ਕਿੱਦਾਂ ਦੇ ਵਲੋਗ ਆਉਂਦੇ ਰਹਿਣਗੇ, ਹੁਣ ਜਦੋਂ ਵਲੋਗ ਮੰਨ ਲਓ ਨਹੀਂ ਬਣਨਾ, ਜਾਂ ਲਾ ਲਓ ਹਿਸਾਬ ਕੇ ਕੰਮ ਧੰਦਾ ਜ਼ਿਆਦਾ ਹੋਇਆ ਕਰੂ, ਉੱਧਰ ਆਪਾਂ ਛੁੱਟੀ ਮਾਰ ਲਿਆ ਕਰਨੀ, ਪਰ ਵਲੋਗ ਜਦੋਂ ਵੀ ਆਇਆ ਕਰੂ ਪੂਰਾ ਫੁੱਲ ਫਨ ਸ਼ਾਨ ਵਾਲਾ ਜਾਇਆ ਕਰੂਗਾ ਹੈ ਨਾ। ਬਾਕੀ ਮਿਲਦੇ ਆ ਜਾਣੇ ਮੇਰੀ, ਜਾਂਦੇ ਜਾਂਦੇ ਘੈਂਟ ਜਾ ਕਮੈਂਟ ਕਰ ਜਿਓ, ਤਾਂ ਉਹ ਗੱਲ 'ਤੇ ਜ਼ਰੂਰ ਗੌਰ ਕਰਿਓ ਜਿਹੜੀ ਤੁਹਾਨੂੰ ਮੈਂ ਅੱਜ ਦੱਸੀ ਹੈ ਨਾ, ਕਿ ਚੰਗੇ ਵੇਲੇ ਰੋਟੀ ਖਾਂਦਿਆਂ ਨੂੰ ਵੇਖ ਕੇ ਲੋਕ ਰਾਜੀ ਨਹੀਂ, ਕਿ ਆਪਣੇ ਘਰ ਰੋਟੀ ਖਾਣ ਡੇ, ਕਿਸੇ ਨਾ ਕੋਈ ਲੈਣਾ ਨਹੀਂ, ਦੇਣਾ ਨਹੀਂ, ਲੱਲਾ ਨਹੀਂ, ਖੱਖਾ ਨਹੀਂ, ਇਹ ਪਤਾ ਨਹੀਂ ਕਿਉਂ। ਅਤੇ ਇਹ ਮੇਰੇ ਇਕੱਲੇ ਨਾਲ ਨਹੀਂ ਚੀਜ਼ਾਂ ਹੁੰਦੀਆਂ,
ਹੋਰ ਜਿਹੜੇ ਭਰਾ ਤੁਸੀਂ ਵਲੋਗ ਵੀ ਤੁਹਾਡਾ ਜਿੰਨਾ ਕੁ ਤੁਹਾਡਾ ਦਾਇਰਾ ਉਹ ਦਾਇਰੇ ਦੇ ਵਿੱਚ ਲੋਕ ਇਹੋ ਜਿਹੇ ਹੁੰਦੇ ਆ ਆਪਾਂ ਨੂੰ ਟੱਕਰ ਜਾਂਦੇ ਆ ਅਤੇ ਬਾਕੀ ਜੋ ਹੋਊਗਾ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਕਰੀਦਾ ਨਹੀਂ ਪਰ ਹੁਣ ਜ਼ਰੂਰ ਕਰਾਂਗੇ ਅਤੇ ਬਾਕੀ ਜਾਂਦੇ ਜਾਂਦੇ ਘੈਂਟ ਜਾਂ ਕਮੈਂਟ ਕਰ ਜਿਓ ਜਿਹੜਾ ਵਲੋਗ ਵੇਖਿਆ ਵਾ ਅਤੇ ਇਹਨੂੰ ਲਾਈਕ ਕਰ ਦਿਓ ਅਤੇ ਮਿਲਦੇ ਹਾਂ ਮੇਰੀ ਜਣ ਸਵੇਰੇ ਨਵੇਂ ਵਲੋਗ ਦੇ ਨਾਲ।